ਤਾਂ ਸਤਿਗੁਰੂ ਨੇ ਬਚਨ ਕੀਤਾ ਸ਼ਬਦ ਰਾਹੀਂ ਜਿਨ੍ਹਾਂ ਦੀ ਸੁਰਤ ਉਸ ਸੱਚੇ ਪ੍ਰਭੂ ਵਿੱਚ ਲੱਗ ਗਈ, ਉਹ ਫਿਰ ਮਾਲਕ ਨੂੰ ਸਿਮਰਨ ਲੱਗ ਪਏ, ਸਤਿਗੁਰ ਨੂੰ ਯਾਦ ਕਰਨ ਲੱਗ ਪਏ, ਅਤੇ ਜਿਹੜੇ ਸਤਿਗੁਰ ਨੂੰ ਯਾਦ ਕਰਨ ਲੱਗ ਪਏ ਉਹ ਵੱਡੇ ਭਾਗਾਂ ਵਾਲੇ ਅਖਵਾਈ ਜਾਣ ਲੱਗ ਪਏ, ਸਤਿਗੁਰੂ ਨੇ ਫਰਮਾਨ ਕੀਤਾ। ਹੁਣ ਅਗਲੀ ਗੱਲ, ਸਤਿਗੁਰੂ ਨੇ ਬਚਨ ਕੀਤਾ ਉਹ ਲੋਕ ਜਿਹੜੇ ਹੈ ਜਿਹੜੇ ਸਤਿਗੁਰ ਨੂੰ ਸਿਮਰਦੇ ਨੇ, ਜਿਹੜੇ ਸਤਿਗੁਰ ਦੇ ਸ਼ਬਦ ਰਾਹੀਂ ਇੱਕ ਦੇ ਨਾਲ ਸੁਰਤ ਜੋੜਦੇ ਨੇ, ਦਾਤਾ ਜੀ ਬਚਨ ਕਰਦੇ ਨੇ, ਉਹ ਰਹਿੰਦੇ ਪਰਿਵਾਰ ਵਿੱਚ ਨੇ, ਖਿਆਲ ਰੱਖਣਾ, ਉਹ ਕੰਮਕਾਰ ਵੀ ਕਰਦੇ ਨੇ, ਪਰਿਵਾਰ ਵਿੱਚ ਵੀ ਰਹਿੰਦੇ ਨੇ, ਆਪਣੇ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਵੀ ਨਿਭਾਉਂਦੇ ਨੇ, ਆਪਣੇ ਸਾਰੇ ਫਰਜ਼ ਵੀ ਪੂਰੇ ਕਰਦੇ ਨੇ, ਔਰ ਵਿਰਕਤ ਰਹਿੰਦੇ ਨੇ, ਉਪਰਾਮ ਰਹਿੰਦੇ ਨੇ। ਦਾਤਾ ਜੀ ਨੇ ਫਰਮਾਨ ਕੀਤਾ, ਗ੍ਰਹਿ ਕੁਟੰਬ ਮੈਂ ਸਹਿਜ ਸਮਾਧੀ। ਉਹ ਗ੍ਰਸਤ ਵਿੱਚ ਰਹਿੰਦੇ ਆ, ਅਡੋਲ ਅਵਸਥਾ ਦੇ ਮਾਲਕ ਬਣ ਗਏ। ਲੋਕਨ ਸਿਉ ਮੇਰਾ ਠਾਠਾ ਬਾਗਾ, ਉਹ ਲੋਕਾਂ ਦੇ ਨਾਲ ਗੱਲਬਾਤ ਕਰਦੇ ਨੇ, ਉਹ ਲੋਕਾਂ ਨੂੰ ਮਿਲਦੇ ਜੁਲਦੇ ਨੇ, ਲੋਕਾਂ ਦੇ ਦੁੱਖ ਸੁੱਖ ਵਿੱਚ ਜਾਂਦੇ ਨੇ। ਮੁੱਖ ਕੀ ਬਾਤ ਸਗਲ ਸਿਉ ਕਹਿਤਾ, ਮੂੰਹ ਨਾਲ ਗੱਲਬਾਤ ਕਰਦੇ ਨੇ, ਪਰ ਅੰਦਰੋਂ ਜਿਹੜਾ ਆਪਣਾ ਚਿੱਤ ਹੈ ਨਾ, ਉਹ ਮਾਲਕ ਨਾਲ ਜੋੜ ਕੇ ਰੱਖਦੇ ਨੇ। ਖਿਆਲ ਅੰਦਰੋਂ ਮਾਲਕ ਨਾਲ ਜੁੜੇ ਨੇ, ਪਰ ਬਾਹਰੀ ਤੌਰ ਤੇ ਉਹ ਸਮਾਜ ਵਿੱਚ ਵਿਚਰਦੇ ਨੇ। ਦੇਖੋ ਕਮਾਲ ਦੀ ਬਾਤ, ਇਹ ਨਹੀਂ ਵੀ ਉਹ ਸਮਾਜ ਛੱਡ ਕੇ ਜੋਗੀ ਬਣ ਗਏ, ਸਿੱਧ ਬਣ ਗਏ, ਸਾਧ ਬਣ ਗਏ, ਕੋਈ ਡੇਰੇਦਾਰ ਬਣ ਗਿਆ ਨਾ। ਉਹਨਾਂ ਨੇ ਜੋ ਕਰਨਾ ਗ੍ਰਸਤ ਵਿੱਚ ਰਹਿ ਕੇ ਕਰਨਾ ਔਰ ਕੀਤਾ। ਹੁਣ ਇਹ ਤਰੀਕਾ ਜੀ ਨੂੰ ਆ ਜਾਏ, ਅਮਰਦਾਸ ਸਤਿਗੁਰੂ ਦਾ ਬਚਨ ਹੈ ਨਾ, ਗੁਰਪ੍ਰਸਾਦੀ ਜਿੰਨਾ ਲਈ ਬਲਾਗੀ ਤਿੰਨ ਵਿੱਚੇ ਮਾਇਆ ਪਾਇਆ। ਉਹ ਰਹਿੰਦੇ ਮਾਇਆ ਵਿੱਚ ਨੇ, ਜਿਵੇਂ ਕੋਈ ਜਹਾਜ਼ ਵੇਖੋ ਕਿੱਥੇ ਤੈਰਦਾ, ਪਾਣੀ ਦੇ ਵਿੱਚ, ਜਦੋਂ ਉਹਨੇ ਡੁੱਬਣਾ ਤੇ ਪਾਣੀ ਤੋਂ ਬਾਹਰ ਥੋੜ੍ਹੀ ਡੁੱਬੇਗਾ, ਉਹ ਡੁੱਬਦਾ ਵੀ ਪਾਣੀ 'ਚ, ਉਹਨੇ ਤੈਰਨਾ ਵੀ ਪਾਣੀ 'ਤੇ, ਡੁੱਬਣਾ ਵੀ ਪਾਣੀ 'ਚ। ਹੁਣ ਅਸੀਂ ਕੀ ਕਰਨਾ, ਤਾਂ ਮਾਇਆ, ਹੁਣ ਮਾਇਆ ਬਿਨਾਂ ਨਹੀਂ ਸਰਨਾ, ਤੈਰਨਾ ਵੀ ਮਾਇਆ ਦੇ ਉੱਪਰ ਹੈ, ਅਤੇ ਜਿਹੜੇ ਨਹੀਂ ਤੈਰਦੇ ਉਹ ਮਾਇਆ 'ਚ ਡੁੱਬ ਜਾਂਦੇ ਨੇ, ਮੋਹ ਵਿੱਚ ਡੁੱਬ ਜਾਂਦੇ ਨੇ, ਲੋਭ 'ਚ ਡੁੱਬ ਜਾਂਦੇ ਨੇ, ਕਾਮ ਕ੍ਰੋਧ 'ਚ ਡੁੱਬ ਜਾਂਦੇ ਨੇ। ਪਰ ਜਿਹੜੇ ਸੁਰਤ ਜੋੜਦੇ ਨੇ ਉਹ ਡੁੱਬਦੇ ਨਹੀਂ, ਉਹਨਾਂ ਨੂੰ ਤੈਰਨਾ ਆ ਜਾਂਦਾ। ਸਤਿਗੁਰੂ ਨੇ ਫਰਮਾਨ ਕੀਤਾ, ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ। ਹੇ ਨਾਨਕਾ, ਜਿਹੜੇ ਨਾਮ ਦੇ ਨਾਲ ਜੁੜੇ ਨੇ ਇਹ ਅਸਲ ਬੈਰਾਗੀ ਨੇ, ਵਿਰਕਤ ਉਪਰਾਮ ਤਿਆਗੀ। ਵੇਖੋ ਪਾਤਸ਼ਾਹ ਕੀ ਕਹਿੰਦੇ ਨੇ, ਅਸੀਂ ਮਾਇਆ ਦਾ ਮੋਹ ਤਿਆਗਿਆ, ਮਾਇਆ ਥੋੜ੍ਹੀ ਤਿਆਗੀ ਹੈ, ਮਾਇਆ ਦੀ ਪਕੜ ਛੱਡੀ ਹੈ, ਮਾਇਆ ਨਹੀਂ ਛੱਡੀ। ਗੁਰੂ ਨੇ ਖਿਆਲ ਰੱਖਣਾ, ਕਿਉਂਕਿ ਗੁਰੂ ਜਾਣਦਾ ਬਿਨ ਦਮ ਕੇ ਸੌਦਾ ਨਹੀਂ ਹਾਰ। ਤੁਸੀਂ ਕਿਸੇ ਦੁਕਾਨ ਤੇ ਜਾਓ, ਦੁਕਾਨਦਾਰ ਨੂੰ ਜਾ ਕੇ ਕੁਝ ਮੈਂ ਸੌਦਾ ਲੈਣਾ, ਉਹਨੇ ਕਹਿਣਾ ਜੀ ਆ ਲਓ ਸੌਦਾ, ਤੇ ਲਿਆਓ ਪੈਸੇ, ਤੇ ਤੁਸੀਂ ਆਖੋਗੇ ਮੇਰੇ ਕੋਲ ਪੈਸੇ ਨਹੀਂ ਹੈ, ਉਹਨੇ ਕਹਿਣਾ ਮੇਰੇ ਕੋਲ ਸੌਦਾ ਨਹੀਂ। ਬਿਨ ਦਮ ਕੇ ਸੌਦਾ ਨਹੀਂ ਹਾਰ। ਅੱਛਾ ਤੁਸੀਂ ਘਰ ਤੇ ਬਣਾ ਲਓ,
ਤੇ ਜੇ ਘਰ ਵਾਰ ਨੂੰ ਕੋਈ ਰਸਤਾ ਹੀ ਨਾ ਆਉਂਦਾ ਹੋਵੇ ਫਿਰ ਉਸ ਘਰ ਦਾ ਕੀ ਕਰੋਗੇ? ਘਰ ਤੇ ਚਾਹੀਦਾ ਹੈ, ਪਰ ਘਰ ਤੱਕ ਤਾਂ ਪਹੁੰਚੋਗੇ ਜੇ ਤੁਹਾਨੂੰ ਰਸਤਾ ਮਿਲੇਗਾ। ਬਹੁਤ ਸਾਰੇ ਝਗੜੇ ਰਾਹ ਰਸਤੇ ਨੂੰ ਲੈ ਕੇ ਹੁੰਦੇ ਨੇ, ਇਹਨਾਂ ਸਾਡਾ ਰਸਤਾ ਬੰਦ ਕਰਤਾ, ਅਸੀਂ ਹੁਣ ਕਿੱਥੋਂ ਆਈਏ ਜਾਈਏ, ਰਾਹ ਤੇ ਚਾਹੀਦਾ। ਤੋ ਜੀਵਨ ਜਿਉਣ ਦੇ ਵਾਸਤੇ ਮਾਇਆ ਚਾਹੀਦੀ ਹੈ, ਪਰ ਸਿੱਖ ਮਾਇਆ ਪਿੱਛੇ ਦੌੜਦਾ ਨਹੀਂ ਹੈ, ਇਹ ਵੀ ਖਿਆਲ ਰੱਖਣਾ। ਕਿਉਂਕਿ ਸਿੱਖ ਕਹਿੰਦਾ ਮਾਇਆ ਗੁਜਰਾਨ, ਮਾਇਆ ਦਾਸੀ, ਭਗਤਾਂ ਕੀ ਕਾਰ ਕਮਾਵੇ। ਇਹਨੂੰ ਦਾਸੀ ਬਣਾ ਕੇ ਰੱਖਣਾ, ਪਰ ਬਹੁਤਾਤ ਲੋਕ ਜਿਹੜੇ ਨੇ ਇਹਦੇ ਦਾਸ ਬਣ ਕੇ ਰਹਿੰਦੇ ਨੇ। ਸਿੱਖ ਮਾਇਆ ਦਾ ਦਾਸ ਬਣ ਕੇ ਨਹੀਂ ਰਹਿੰਦਾ, ਮਾਇਆ ਨੂੰ ਆਪਣੀ ਦਾਸੀ ਬਣਾ ਕੇ ਰੱਖਦਾ। ਤੋ ਸਤਿਗੁਰ ਨੇ ਬਚਨ ਕੀਤਾ, ਇਹ ਉਹ ਲੋਕ ਨੇ ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ, ਨਾਮ ਨਾਲ ਰਚ ਮਿਚ ਗਏ ਨੇ, ਜੁੜ ਗਏ। ਤੇ ਜਿਹੜੇ ਜੁੜ ਗਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਮਾਇਆ ਵਿੱਚ ਉਦਾਸ ਕਿਵੇਂ ਰਹਿਣਾ, ਕਿਵੇਂ ਰਹਿਣਾ। ਤੁਸੀਂ ਮੁਰਗਾਈ ਵੇਖੋ, ਪਾਣੀ ਵਿੱਚ ਰਹਿੰਦੀ ਹੈ, ਉਹਨੇ ਜਦੋਂ ਭੁੱਖ ਲੱਗਦੀ ਹੈ ਉਹ ਖਾਣ ਵਾਸਤੇ ਪਾਣੀ ਚੋਂ ਬਾਹਰ ਥੋੜ੍ਹੀ ਆਉਂਦੀ ਹੈ, ਨਹੀਂ, ਉਹਨੇ ਆਪਣਾ ਭੋਜਨ ਆਪਣੀ ਖੁਰਾਕ ਪਾਣੀ ਵਿੱਚੋਂ ਲੈਣੀ ਹੈ। ਚੁੱਭੀ ਮਾਰਦੀ ਹੈ, ਜੋ ਵੀ ਉਹਦਾ ਖਾਣਾ ਡੱਡੀ ਮੱਛੀ ਫੜਦੀ ਹੈ, ਖਾ ਕੇ ਫਿਰ ਤੈਰਨ ਲੱਗ ਪੈਂਦੀ ਹੈ। ਸਤਿਗੁਰ ਨੇ ਮੁਰਗਾਈ ਦੀ ਉਦਾਹਰਣ ਦਿੱਤੀ ਵੀ ਆਹ ਤਰੀਕਾ ਹੈ ਸੰਸਾਰ ਦੇ ਵਿੱਚ ਕਿਵੇਂ ਵਿਚਰਨਾ ਹੈ। ਹੁਣ ਅਗਲੀ ਗੱਲ ਸਤਿਗੁਰੂ ਪਾਤਸ਼ਾਹ ਜੀ ਨੇ ਦੂਸਰੇ ਸਲੋਕ 'ਚ ਬਚਨ ਕੀਤਾ, ਮਹਿਲਾ ਚੌਥਾ ਗਣਤ ਸੇਵ ਨਾ ਹੋਵਾਈ, ਕੀਤਾ ਥਾਏ ਨਾ ਪਾਏ। ਗਣਤ ਤੋਂ ਭਾਵ ਹੈ ਗਣਿਤ, ਗਿਣਤੀ। ਹੁਣ ਬੰਦਾ ਸੇਵਾ ਕਰੇ, ਨਾਲ ਨਾਲ ਗਿਣਤੀਆਂ ਕਰੇ, ਮੈਂ ਆਹ ਵੀ ਕੀਤਾ, 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 ਮੈਂ ਉਹ ਵੀ ਕੀਤਾ। ਤੇ ਸਤਿਗੁਰ ਨੇ ਫਰਮਾਨ ਕੀ ਕੀਤਾ, ਭਾਈ ਗਿਣਤੀਆਂ ਦੇ ਨਾਲ ਸੇਵਾ ਨਾ ਕੀਤੀ ਜਾ ਸਕਦੀ ਹੈ ਤੇ ਨਾ ਥਾਂ ਪੈਂਦੀ ਹੈ। ਹੁਣ ਸਾਡੀ ਸੇਵਾ ਗਿਣਤੀਆਂ ਦੀ, ਸਾਡੇ ਪਾਠ ਗਿਣਤੀਆਂ ਦੇ, ਸਾਡੇ ਗੁਰਦੁਆਰੇ ਚੱਕਰ ਉਹ ਵੀ ਤਾਂ ਗਿਣਤੀਆਂ ਦੇ ਨੇ ਕਿ ਨਹੀਂ? ਅੱਜ ਇੰਨੇ ਦਿਨ ਹੋ ਗਏ ਮੈਨੂੰ ਗੁਰਦੁਆਰੇ ਜਾਂਦੇ ਆ, ਔਰ ਇੰਨੇ ਦਿਨ ਰਹਿ ਗਏ, ਮੈਂ ਇੰਨੇ ਪਾਠ ਸੁੱਖੇ ਸੀ, ਇੰਨੇ ਪਾਠ ਕਰ ਲਏ, ਇੰਨੇ ਰਹਿ ਗਏ, ਕੀ ਹੈ ਗਿਣਤੀਆਂ ਨੇ। ਇੰਨੀਆਂ ਮਾਲਾਂ ਮੇਰੀਆਂ ਘੁੰਮ ਗਈਆਂ, ਇੰਨੀਆਂ ਮੇਰੀਆਂ ਰਹਿ ਗਈਆਂ। ਉਹ ਅਸੀਂ ਬੰਦਗੀ ਵਿੱਚ ਪਏ ਹਾਂ ਕਿ ਗਿਣਤੀਆਂ 'ਚ ਪਏ ਹਾਂ? ਪਾਤਸ਼ਾਹ ਕਹਿੰਦੇ ਮਾਲਕ ਤੇ ਗਿਣਤੀਆਂ ਕਰਦਾ ਹੀ ਨਹੀਂ, ਕੀ ਕਰਦਾ? ਜੇ ਤੁਸੀਂ ਵੇਖਣਾ ਹੋਵੇ ਮਾਲਕ ਗਿਣਤੀਆਂ ਨਹੀਂ ਕਰਦਾ, ਤੇ ਤੁਸੀਂ ਆਪਣੀ ਮਾਤਾ ਨੂੰ ਵੇਖੋ। ਪਾਤਸ਼ਾਹ ਕਹਿੰਦੇ ਨੇ ਬੱਚਾ ਕਿੰਨੇ ਔਗਣ ਕਰਦਾ, ਮਾਂ ਨੇ ਕੋਈ ਗਿਣਤੀ ਰੱਖੀ ਹੋਈ ਹੈ ਜਾਂ ਮਾਂ ਗਿਣਤੀ ਕਰਦੀ ਹੈ ਵੀ ਤੂੰ ਇੰਨੀਆਂ ਗਲਤੀਆਂ ਕੀਤੀਆਂ ਹੋਈਆਂ ਨੇ, ਜਾਂ ਤੂੰ ਇੰਨੇ ਔਗਣ ਕੀਤੇ ਉਹਨਾਂ ਹੀ? ਮਾਲਕ ਕਹਿੰਦੇ ਉਹ ਗਿਣਤੀਆਂ ਨਹੀਂ ਕਰਦਾ। ਹਮਰੀ ਗਣਤ ਨਾ ਗਣੀਆਂ ਕਾਈ, ਉਹ ਗਿਣਤੀਆਂ ਗਿਣਦਾ ਹੀ ਨਹੀਂ, ਉਹਦਾ ਤੇ ਸੁਭਾਅ ਪਤਾ ਕੀ ਹੈ। ਜਿਵੇਂ ਬੱਚਾ ਲੜ ਕੇ ਝਗੜ ਕੇ ਰੁੱਸ ਕੇ ਬਾਹਰ ਚਲਾ ਗਿਆ, ਠੀਕ ਹੈ ਜੀ, ਮੁੜ ਕੇ ਜਿਵੇਂ ਆਉਂਦਾ ਮਾਂ ਨੂੰ ਗਲ ਵਕੜੀ ਚ ਲੈ ਲੈਂਦੀ, ਆ ਗਿਆ ਮੇਰਾ ਪੁੱਤ, ਕੋਈ ਥੋੜ੍ਹੀ ਗਿਣਤੀ ਹੈ।
ਮਾਲਕ ਵੀ ਗਿਣਤੀ ਨਹੀਂ ਕਰਦਾ ਖਿਆਲ। ਹਾਂ, ਜੇ ਮਾਲਕ ਗਿਣਤੀ ਕਰਨ ਲੱਗ ਪਵੇ ਫਿਰ ਸਾਡਾ ਛੁਟਕਾਰਾ ਹੋਣਾ ਹੀ ਨਹੀਂ। ਗਣਤੀ ਗਣੀ ਨਾ ਛੁੱਟੈ ਕਤ ਹੈ। ਦਾਤੇ ਨੇ ਬਚਨ ਕੀਤਾ, ਪਾਤਸ਼ਾਹ ਜੇ ਤੂੰ ਗਿਣਤੀਆਂ ਗਿਣਨ ਲੱਗ ਪਿਆ ਫਿਰ ਮੇਰਾ ਛੁਟਕਾਰਾ ਨਹੀਂ ਹੈ। ਜੇ ਤੂੰ ਚਾਹੁੰਦਾ ਮੇਰਾ ਭਲਾ ਹੋ ਜਾਏ, ਮੇਰਾ ਛੁਟਕਾਰਾ ਹੋ ਜਾਏ, ਫਿਰ ਪਾਤਸ਼ਾਹ ਲੇਖਾ ਜੋਖਾ ਇੱਕ ਪਾਸੇ ਰੱਖ ਦੇ। ਲੇਖਾ ਛੋੜ, ਅਲੇਖਾ ਛੁੱਟੈ, ਫਿਰ ਇੱਕ ਪਾਸੇ ਰੱਖ ਦੇ। ਅਤੇ ਬੱਚਾ ਵੀ ਤਾਂ ਇਹੀ ਕਹਿੰਦਾ, ਮਾਤਾ ਜੋ ਹੋ ਗਿਆ ਉਹਨੂੰ ਛੱਡ, ਅੱਗੇ ਦੱਸ ਕੀ ਕਰਨਾ। ਬੱਚਾ ਵੀ ਤਾਂ ਇਹੀ ਕਹਿੰਦਾ, ਬਾਪੂ ਜੋ ਪਿੱਛੇ ਹੋ ਗਿਆ ਉਹਨੂੰ ਛੱਡ ਕੇ ਆਪਾਂ ਅਗਾਂਹ ਸੋਚੀਏ, ਵਿਚਾਰੀਏ, ਅਗਾਂਹ ਤੁਰੀਏ ਕਿਵੇਂ ਕਰਨਾ। ਹੁਣ ਜਿਹਨਾਂ ਦੀ ਸੋਚ ਹੀ ਗਿਣਤੀਆਂ ਵਿੱਚ ਫਸੀ ਹੋਈ ਹੈ ਉਹ ਅੱਗੇ ਕਿੱਥੇ ਜਾਣਗੇ। ਦਾਤਾ ਜੀ ਨੇ ਬਚਨ ਕੀਤਾ, ਗਣ ਪੈ ਸੇਵ ਨਾ ਹੋਵੇ, ਕੀਤਾ ਥਾਏ ਨਾ ਪਾਏ। ਅਗਲੀ ਗੱਲ ਸਾਹਿਬ ਨੇ ਫਰਮਾਨ ਕੀਤਾ, ਸ਼ਬਦ ਹੈ ਸਾਧਨ ਆਇਓ, ਸਤ ਨਾ ਲੱਗੋ ਪਾਓ। ਸ਼ਬਦ ਪੜਿਆ ਗਿਣਤੀਆਂ ਨਾਲ ਪਰ ਸਵਾਦ ਨਹੀਂ ਆਇਆ। ਕਿਉਂ? ਕਿਉਂਕਿ ਧਿਆਨ ਗਿਣਤੀ ਗਿਣਨ ਵਿੱਚ ਸੀ, ਵੀ ਕਿਤੇ ਗਿਣਤੀ ਵੱਧ ਘੱਟ ਤਾਂ ਨਹੀਂ ਹੋ ਗਿਆ। ਜੇ ਚਾਰ ਅੱਖਰ ਵੱਧ ਪੜ ਲਓਗੇ ਤਾਂ ਕੀ ਨੁਕਸਾਨ ਹੈ, ਜੇ ਘੱਟ ਪੜ ਲਓਗੇ ਤਾਂ ਕੀ ਨੁਕਸਾਨ ਹੈ? ਕੋਈ ਨੁਕਸਾਨ ਨਹੀਂ। ਸ਼ਬਦ ਹੈ ਸਾਧਨ ਆਇਓ, ਸ਼ਬਦ ਦਾ ਰਸ ਨਹੀਂ ਆਇਆ, ਸ਼ਬਦ ਦਾ ਸਵਾਦ ਨਹੀਂ ਆਇਆ, ਸ਼ਬਦ ਵਿੱਚੋਂ ਆਨੰਦ ਪ੍ਰਾਪਤ ਨਹੀਂ ਹੋਇਆ। ਕਿਉਂ ਨਹੀਂ ਹੋਇਆ ਜੀ? ਕਿਉਂਕਿ ਗਿਣਤੀਆਂ ਗਿਣਦਾ ਰਿਹਾ, ਇਹ ਅਣਗਿਣਤੀਆਂ ਵਿੱਚ ਸੀ। ਅਤੇ ਜਿਹੜੇ ਗਿਣਤੀਆਂ 'ਚ ਪੈ ਜਾਂਦੇ ਆ ਨਾ, ਮਾਫ ਕਰਨਾ, ਉਹ ਸਿਰਫ ਕੀ ਕਹਿੰਦੇ ਆਪਾਂ, ਫਾਰਮੈਲਿਟੀ ਪੂਰੀ ਕਰਦੇ, ਬਸ ਉਹ ਗਿਣਤੀ ਪੂਰੀ ਕਰਦੇ ਹੋ ਬਸ, ਖਿਆਲ ਰੱਖਣਾ। ਉੱਥੇ ਪ੍ਰੇਮ ਨਹੀਂ ਹੈ, ਗਿਣਤੀਆਂ ਨੇ, ਲੇਖਾ ਜੋਖ ਹੈ। ਅਤੇ ਮਾਲਕ ਦੇ ਇੱਕ ਨੇ ਇਸ਼ਕੇ ਨੇ ਹੀ ਆਸ਼ਕੀ ਕੀ ਦੇਖਿਆ ਵਰਤੇ ਸੋ, ਆਹ ਕਿੱਦਾਂ ਦਾ ਪਿਆਰ ਹੈ ਜਿਹੜਾ ਗਿਣਤੀਆਂ ਮਣਤੀਆਂ 'ਚ ਹੁੰਦਾ ਹੈ। ਸ਼ਬਦ ਹੈ ਸਾਧਨ ਆਇਓ, ਅੱਛਾ ਜਿਹਨੂੰ ਸ਼ਬਦ ਦਾ ਰਸ ਨਹੀਂ ਆਇਆ, ਸੱਚ ਨਾ ਲੱਗੋ ਭਾਓ, ਉਹਦਾ ਸੱਚ ਨਾਲ ਪਿਆਰ ਪੈ ਜਾਏਗਾ? ਕਦੇ ਵੀ ਨਹੀਂ। ਕਿਉਂਕਿ ਜਿਹੜੀ ਚੀਜ਼ ਮੈਨੂੰ ਚੰਗੀ ਲੱਗੇਗੀ ਮੈਂ ਉਸ ਚੀਜ਼ ਨਾਲ ਜੋੜਾਂਗਾ, ਉਹ ਚੀਜ਼ ਮੈਂ ਖਰੀਦਾਂਗਾ, ਉਹ ਚੀਜ਼ ਮੈਂ ਲਵਾਂਗਾ, ਵੀ ਆਹ ਚੀਜ਼ ਬਹੁਤ ਵਧੀਆ ਹੈ ਔਰ ਮੇਰੇ ਜੀਵਨ 'ਚ ਇੰਨੀ ਕੁ ਕੰਮ ਆ ਸਕਦੀ ਹੈ ਕਿ ਜੇ ਆਹ ਚੀਜ਼ ਮੇਰੇ ਕੋਲ ਹੋਵੇ ਤਾਂ ਮੇਰਾ ਜੀਵਨ ਬਦਲ ਸਕਦਾ, ਮੇਰਾ ਜੀਵਨ ਸੰਵਰ ਸਕਦਾ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਸਾਡੇ ਸਮਾਜ 'ਚ, ਸਾਡੇ ਪਰਿਵਾਰ, ਸਾਡੇ ਜੀਵਨ ਸਾਨੂੰ ਲੋੜੀਂਦੀਆਂ ਨੇ ਔਰ ਉਹ ਚੀਜ਼ਾਂ ਜਿਹੜੀਆਂ ਪ੍ਰਾਪਤ ਕਰਕੇ ਅਸੀਂ ਕਿਸੇ ਮੁਕਾਮ 'ਤੇ, ਕਿਸੇ ਮੰਜ਼ਿਲ 'ਤੇ ਪਹੁੰਚ ਸਕਦੇ ਹਾਂ। ਪਰ ਚੀਜ਼ ਦੀ ਘਾਟ ਹੈ ਕਿ ਜੇ ਉਹ ਮਿਲ ਜਾਏ ਫਿਰ ਬੰਦਾ ਆਪਣੇ ਮੁਕਾਮ ਦੇ ਵੱਲ ਸਫ਼ਰ ਖੁਸ਼ੀ ਦੇ ਨਾਲ ਪੂਰਾ ਕਰਦਾ। ਅਤੇ ਹਜ਼ੂਰ ਨੇ ਬਚਨ ਕੀਤਾ, ਨਾ ਤਾਂ ਇਹਨੂੰ ਸ਼ਬਦ ਦਾ ਰਸ ਆਇਆ ਅਤੇ ਨਾ ਹੀ ਇਹ ਸੱਚ ਦੇ ਨਾਲ ਜੁੜਿਆ। ਸਤਿਗੁਰੂ ਪਿਆਰਾ ਨਾ ਲੱਗੇ, ਮਨ ਘੱਟ ਆਵੈ ਜਾਏ। ਇਹਨੂੰ ਸਤਿਗੁਰੂ ਚੰਗਾ ਹੀ ਨਹੀਂ ਲੱਗਦਾ। ਵੇਖੋ ਇੱਕ ਚੀਜ਼ ਹੋਰ ਵੀ ਹੈ, ਜਿਹੜੇ ਸਾਡੇ ਔਰ ਸਤਿਗੁਰ ਦੇ ਵਿਚਕਾਰ ਵਿਚੋਲੇ ਬਣ ਕੇ ਬਹਿ ਗਏ ਨਾ, ਵਿਚੋਲੇ ਦਾ ਬੜਾ ਰੋਲ ਹੁੰਦਾ ਹੈ ਖਿਆਲ ਰੱਖਣਾ। ਦੋਵਾਂ ਚੀਜ਼ਾਂ ਨੂੰ ਜੋੜਨਾ ਹੋਵੇ, ਦੋਵਾਂ ਧਿਰਾਂ ਨੂੰ ਜੋੜਨਾ ਹੋਵੇ ਤਾਂ ਤੀਜੀ ਚਾਹੀਦੀ ਹੈ ਨਾ ਜੀ। ਤੁਸੀਂ ਦੇਖ ਲਓ ਜੇ ਦੋ ਪੇਪਰ ਵੀ ਜੋੜਨੇ ਤਾਂ ਤੁਹਾਨੂੰ ਸਟੈਪਲ ਕਰਨਾ ਪਏਗਾ, ਜਾਂ ਪਿੰਨ ਲਾਉਣੀ ਪਏਗੀ, ਜਾਂ ਗੂੰਦ ਦੀ ਵਰਤੋਂ ਕਰਨੀ ਪਈ ਤਾਂ ਉਦੋਂ ਵੀ ਜੋੜਨਗੇ। ਜੇ ਦੋ ਪਰਿਵਾਰ ਵੀ ਜੋੜਨੇ ਆ ਤਾਂ ਵੀ ਅਸੀਂ ਵਿਚੋਲਾ ਲੱਭਦੇ ਹਾਂ। ਹੁਣ ਸਾਨੂੰ ਨਿਰੰਕਾਰ ਦੇ ਨਾਲ ਕਿਹਨੇ ਜੋੜਨਾ? ਵਿਚੋਲਾ ਚਾਹੀਦਾ ਅਤੇ ਵਿਚੋਲਾ ਤਾਂ ਗੁਰੂ ਹੈ।
ਅੱਛਾ ਹੁਣ ਅਸੀਂ ਗੁਰੂ ਨੂੰ ਮਿਲਣ ਵਾਸਤੇ ਵੀ ਅੱਗੇ ਵਿਚੋਲੇ ਰੱਖ ਲਏ, ਸਾਡਾ ਸਿੱਧਾ ਮਿਲਾਪ ਨਹੀਂ ਹੈ ਗੁਰੂ ਦੇ ਨਾਲ, ਉਹਦੇ ਵਾਸਤੇ ਵੀ ਸਾਨੂੰ ਵਿਚੋਲਾ ਚਾਹੀਦਾ, ਕਿੰਨੇ ਚਾਹੀਦਾ? ਹੁਣ ਉਹ ਵਿਚੋਲੇ ਨੇ ਵਿਚੋਲਗਿਰੀ ਕਰਨੀ ਹੈ, ਤੁਹਾਡੀ ਗੱਲ ਉਹਨੂੰ ਦੱਸ ਦੇਣੀ ਹੈ, ਉਹਦੀ ਗੱਲ ਤੁਹਾਨੂੰ ਦੱਸ ਦੇਣੀ ਹੈ। ਤੇ ਅੱਜ ਕੱਲ੍ਹ ਜਿਹੜੇ ਵਿਚੋਲੇ ਉਹ ਪਤਾ ਕੀ ਕਰਦੇ ਨੇ, ਦਲਾਲੀ ਲੈਂਦੇ ਨੇ ਕਮਿਸ਼ਨ, ਹਰ ਕੰਮ 'ਚ ਕਮਿਸ਼ਨ ਹੈ, ਦੇਖ ਲਓ ਹਰ ਮਹਿਕਮੇ 'ਚ ਕਮਿਸ਼ਨ ਹੈ, ਹਰ ਕੰਮ 'ਚ ਕਮਿਸ਼ਨ ਹੈ, ਕਮਿਸ਼ਨ ਦਿਓ ਤੁਹਾਡਾ ਕੰਮ ਹੋ ਜਾਏਗਾ। ਹਜ਼ੂਰ ਨੇ ਫਰਮਾਨ ਕੀਤਾ, ਵੱਡੀਆਂ ਹੱਥ ਦਲਾਲ ਕੇ ਮੁਸਫੀਏ ਕਰੇ, ਕਿ ਦਲਾਲ ਦੇ ਹੱਥ ਵੱਢ ਦੇਣੇ ਚਾਹੀਦੇ ਨੇ, ਜਿਹੜਾ ਇੱਧਰੋਂ ਵੀ ਖੈਰ ਖਾਂਦਾ ਹੈ ਇੱਧਰੋਂ ਵੀ ਖਾਂਦਾ ਹੈ। ਅੱਛਾ ਚਲੋ ਹੁਣ ਜਿਹਨਾਂ ਨੂੰ ਬਿਮਾਰੀ ਹੈ ਖਾਣ ਦੀ, ਉਹਨਾਂ ਨੇ ਹਟਣਾ ਥੋੜ੍ਹੀ ਹੈ, ਉਹ ਖਾ ਵੀ ਲੈਣ ਪਰ ਕੰਮ ਤਾਂ ਸਹੀ ਕਰਨਾ, ਅਗਵਾਈ ਤਾਂ ਸਹੀ ਕਰਨਾ, ਸਾਨੂੰ ਦੱਸਣ ਤਾਂ ਸਹੀ, ਉੱਥੇ ਵੀ ਬੇਈਮਾਨੀ ਹੈ। ਫਿਰ ਹੁੰਦਾ ਕੀ ਹੈ, ਕੁੱਟ ਖਾਂਦਾ ਵਿਚੋਲਾ, ਕਿਉਂ? ਕਿਉਂਕਿ ਇਹਨੇ ਮੈਨੂੰ ਗਲਤ ਦੱਸਿਆ। ਐਸੇ ਕਰਕੇ ਸਤਿਗੁਰੂ ਜੀ ਨੇ ਬਾਣੀ 'ਚ ਇੱਕ ਵਚਨ ਕੀਤਾ, ਜਿਹੜੇ ਪੜ੍ਹਾਉਣ ਵਾਲੇ ਆ ਅਧਿਆਪਕ, ਸਤਿਗੁਰੂ ਕਹਿੰਦੇ ਖਿਆਲ ਰੱਖਿਓ ਪਹਿਲੇ ਫਾਹਾ ਪਾਇਆ ਪਾਉਂਦੇ, ਜਿਹਦੇ ਰੱਸੀ ਪੈਣੀ ਹੈ ਪਹਿਲੇ ਪੜ੍ਹਾਉਣ ਵਾਲਿਆਂ ਨੂੰ ਪੈਣੀ ਹੈ, ਕਿਉਂ? ਵੀ ਤੂੰ ਪੜ੍ਹਾਇਆ ਕੀ ਹੈ ਦੱਸ, ਕੀ ਪੜ੍ਹਾਇਆ ਤੂੰ? ਪਹਿਲੇ ਫਾਹਾ ਪਾਇਆ ਪਾਉਂਦੇ, ਪਿੱਛੋਂ ਦੇ ਗੱਲ ਚਾਟਣਿਆ, ਜਦੋਂ ਵੀ ਕਈ ਵਾਰ ਹੁੰਦੀ ਹੈ ਨਾ ਫਲਾਇੰਗ ਆਉਂਦੀ ਹੈ ਜਾਂ ਚੈਕਿੰਗ ਹੁੰਦੀ ਹੈ ਕਲਾਸ ਵਿੱਚ, ਪਹਿਲਾਂ ਮਾਸਟਰ ਪੁੱਛੇ ਜਾਂਦਾ, ਹਾਂਜੀ ਤੁਸੀਂ ਇਹਨਾਂ ਨੂੰ ਕੀ ਪੜ੍ਹਾ ਰਹੇ ਹੋ, ਕੀ ਕੀ ਪੜ੍ਹਾ ਚੁੱਕੇ ਹੋ? ਉਹ ਕਹਿੰਦਾ ਜੀ ਮੈਂ ਆਹ ਸਾਰਾ ਕੁਝ ਪੜ੍ਹਾਤਾ। ਚਲੋ ਅਸੀਂ ਚਾਰ ਸਵਾਲ ਪੁੱਛ ਲਈਏ, ਫਿਰ ਉਹ ਜਦੋਂ ਸਵਾਲ ਪੁੱਛੇ ਬੱਚਿਆਂ ਨੂੰ ਕੱਖ ਨਹੀਂ ਆਇਆ, ਤੁਸੀਂ ਤਾਂ ਕਹਿੰਦੇ ਸੀ ਇਹਨਾਂ ਨੂੰ ਪੜ੍ਹਾਤਾ, ਇਹਨਾਂ ਦੇ ਪੱਲੇ ਦੇ ਕੱਖ ਵੀ ਨਹੀਂ ਪਿਆ। ਹੁਣ ਪਹਿਲੇ ਤਾਂ ਵਿਚੋਲੇ ਨੂੰ ਪੁੱਛਣਾ ਨਾ ਜੀ, ਹਾਂ ਬਾਈ ਤੂੰ ਦੱਸਿਆ ਨਹੀਂ, ਅਤੇ ਜੇ ਵਿਚੋਲਾ ਕਹਿੰਦੇ ਜੀ ਮੈਂ ਤਾਂ ਦੱਸਿਆ ਸੀਗਾ ਤੁਸੀਂ ਆਪ ਹੀ ਨਹੀਂ ਮੰਨਿਆ, ਫਿਰ ਤਾਂ ਵਿਚੋਲੇ ਦੀ ਤਾਂ ਗਲਤੀ ਕੋਈ ਨਹੀਂ ਨਾ। ਮੈਂ ਅਕਸਰ ਐਸਾ ਹੀ ਕਰਦਾ, ਮੈਂ ਕਹਿੰਦਾ ਜੀ ਮੇਰਾ ਕੰਮ ਦੱਸਣਾ, ਅੱਗੇ ਤੁਰਨਾ ਨਾ ਤੁਰਨਾ ਤੁਹਾਡੀ ਆਪਣੀ ਮਰਜ਼ੀ ਹੈ, ਗੁਰੂ ਤੁਹਾਡਾ ਵੀ ਹੈ, ਮੇਰੇ ਇਕੱਲੇ ਦਾ ਥੋੜ੍ਹੀ ਹੈ, ਮੈਨੂੰ ਤਾਂ ਗੁਰੂ ਨੇ ਡਿਊਟੀ ਲਾਈ ਹੈ, ਇਹਨਾਂ ਨੂੰ ਦੱਸ ਦੇ ਭਾਈ ਵੀ ਅੰਗੀਠਾ ਕਿਵੇਂ ਸੰਭਾਲਣਾ ਹੈ। ਅਤੇ ਮੈਂ ਤਾਂ ਅੱਜ ਸਵੇਰੇ ਵੀ ਕਹਿ ਕੇ ਹਟਿਆ ਉੱਥੇ, ਕਹਿੰਦੇ ਜੀ ਫੁੱਲ ਅਸੀਂ ਸੋਮਵਾਰ ਨੂੰ ਚੁਣਨੇ, ਮੈਂ ਕਹਿੰਦਾ ਫੁੱਲ ਚੁਣਨੇ ਨਹੀਂ ਹੈ, ਅੰਗੀਠੇ ਦੀ ਸੰਭਾਲ ਕਰਨੀ ਹੈ, ਔਰ ਅੰਗੀਠੀ ਦੀ ਸੰਭਾਲ ਕੀ ਹੈ, ਰਾਤ ਸਮੇਤ ਅਸੀਆਂ ਇਕੱਠੀਆਂ ਕਰਕੇ ਜਲ ਪ੍ਰਵਾਹ ਕਰਕੇ ਅਰਦਾਸਾ ਸੋ ਦਿਓ, ਆਪਾਂ ਮੁਕਤ ਹੋ ਗਏ। ਤੁਸੀਂ ਨਹੀਂ ਕਹਿ ਸਕਦੇ ਵੀ ਤੁਹਾਨੂੰ ਦੱਸਿਆ ਨਹੀਂ ਪਾਤਸ਼ਾਹ, ਅਤੇ ਜੇ ਮੈਂ ਨਹੀਂ ਦੱਸਾਂਗਾ ਪਾਤਸ਼ਾਹ ਨੇ ਮੈਨੂੰ ਪਹਿਲਾਂ ਪੁੱਛਣਾ, ਹਾਂ ਬਈ ਤੂੰ ਦੱਸਿਆ ਇਹਨਾਂ ਨੂੰ, ਹਾਂਜੀ ਮਾਲਕ ਮੈਂ ਇਹਨਾਂ ਨੂੰ ਦੱਸਿਆ, ਪੁੱਛੋ ਇਹਨਾਂ ਨੂੰ ਦੱਸਿਆ ਕਿ ਉਹ ਦੱਸਿਆ। ਤੂੰ ਕੰਮ ਤਾਂ ਘੱਟੋ ਘੱਟ ਬੰਦਾ ਆਪਣਾ ਇਮਾਨਦਾਰੀ ਨਾਲ ਕਰੇ ਨਾ। ਹੁਣ ਸਤਿਗੁਰ ਨੇ ਕੀ ਬਚਨ ਕੀਤਾ, ਸਤਿਗੁਰ ਪਿਆਰਾ ਨਾ ਲੱਗਾ ਹੀ, ਬੇਨਤੀ ਕਰ ਰਿਹਾ ਸੀ ਮੈਨੂੰ ਸਤਿਗੁਰ ਕਿਉਂ ਨਹੀਂ ਪਿਆਰਾ ਲੱਗਦਾ, ਕਿਉਂਕਿ ਜਿਹੜਾ ਸਤਿਗੁਰ ਦੇ ਬਾਰੇ ਦੱਸਣ ਵਾਲਾ ਹੈ ਨਾ ਜੀ ਉਹ ਗੜਬੜ ਕਰ ਗਿਆ, ਉਹਨੇ ਆਪਣੇ ਤੱਕ ਹੀ ਰੋਕ ਲਿਆ, ਅੱਗੇ ਜਾਣ ਹੀ ਨਹੀਂ ਦਿੱਤਾ। ਕਈ ਵਾਰੀ ਹੁੰਦੇ ਨਹੀਂ ਹੈ ਜਿਹੜੇ ਅਫਸਰਾਂ ਨੂੰ ਮਿਲਾਉਣ ਵਾਲੇ ਵਿਚੋਲੇ, ਉਹਨੇ ਮਿਲਣ ਹੀ ਨਹੀਂ ਦਿੰਦੇ, ਕਿਉਂ ਨਹੀਂ ਮਿਲਣ ਦਿੰਦੇ? ਉਹ ਕਹਿੰਦੇ ਵੀ ਸਾਡੀ ਸੇਵਾ ਕਰੋ ਪਹਿਲਾਂ ਤਾਂ ਮਿਲਣ ਦਿਆਂਗੇ, ਅਤੇ ਇਹ ਕੋਈ ਗੱਲ ਥੋੜ੍ਹੀ ਹੈ। ਅਨੰਦਪੁਰ ਸਾਹਿਬ ਇੱਕ ਸਿੱਖ ਆਉਂਦਾ, ਉਹਨੂੰ ਦਰਵਾਜ਼ੇ 'ਤੇ ਰੋਕ ਲਿੱਤਾ ਜਾਂਦਾ,
ਤੇ ਤੂੰ ਨਹੀਂ ਜਾਣਾ ਦਰਬਾਰ 'ਚ। ਮਾਲ ਦੀ ਗੱਲ ਆ, ਮੈਂ ਇੰਨੀ ਦੂਰੋਂ ਚੱਲ ਕੇ ਤੇ ਮੈਂ ਜਾਣਾ ਹੀ ਨਹੀਂ। ਉਹ ਕਹਿੰਦੇ ਗੁਰੂ ਸਾਹਿਬ ਨੇ ਮਨਾ ਕੀਤੇ ਨੂੰ ਅੰਦਰ ਨਹੀਂ ਆਉਣ ਦੇਣਾ। ਅੱਛਾ, ਜਦੋਂ ਵੀ ਦੁਆਰਪਾਲ ਦੀ ਪਹਿਰੇਦਾਰ ਦੀ ਡਿਊਟੀ ਬਦਲਦੀ ਹੈ ਨਾ, ਉਹਨੂੰ ਅਗਲਾ ਕਹਿ ਕੇ ਜਾਂਦਾ ਵੀ ਇਹਨੂੰ ਅੰਦਰ ਨਹੀਂ ਜਾਣ ਦੇਣਾ। ਇੱਕ ਦਿਨ ਗਿਆ, ਦੋ ਦਿਨ ਗਿਆ, ਤੀਜੇ ਦਿਨ ਤੇ ਉਹਨੇ ਚੱਕਤਾ ਕੰਮ ਵੀ ਮੇਰੇ ਕੋਲ ਗੁਨਾਹ ਕੀ ਹੋਇਆ, ਮੇਰਾ ਗੁਨਾਹ ਦੱਸੋ। ਮਤਲਬ ਗੁਰੂ ਸਾਹਿਬ ਕੋਲ ਪਹੁੰਚਿਆ, ਗੁਰੂ ਸਾਹਿਬ ਨੇ ਬੁਲਾਇਆ ਉਹਨੂੰ। ਮਾਲਕ ਕਹਿੰਦੇ ਕੀ ਮਤਲਬ ਭਾਈ ਦੱਸ। ਕਹਿੰਦਾ ਸਤਿਗੁਰੂ ਤਿੰਨ ਦਿਨ ਹੋ ਗਏ ਅੰਦਰ ਨਹੀਂ ਆਉਣ ਦੇ ਦਰਬਾਰ। ਕਹਿੰਦੇ ਗੁਰੂ ਸਾਹਿਬ ਨੇ ਮਨਾ ਕੀਤਾ। ਪਾਤਸ਼ਾਹ ਕਹਿੰਦੇ ਅਸੀਂ ਤਾਂ ਕਿਸੇ ਨੂੰ ਮਨਾ ਨਹੀਂ ਕੀਤਾ, ਇਹ ਤਾਂ ਨਾਨਕ ਦਾ ਘਰ ਹੈ, ਜੇ ਅੰਦਰ ਆਵਤ ਜਾਤੇ ਉਹ ਹਟਕਿਆ ਨਾ ਹੀ ਕੋਈ, ਸੋਦਰ ਕੈਸੇ ਛੋੜੀਏ, ਜੋਦਰ ਐਸਾ ਹੋਏ, ਕਿਸੇ ਨੂੰ ਵੀ ਮਨਾਈ ਨਹੀਂ ਹੈ। ਮਾਲਕ ਇਹਨਾਂ ਨੂੰ ਪੁੱਛੋ ਆ ਜਾ ਬਈ। ਹਾਂ ਬਈ, ਕਿਹਨੇ ਮਨਾ ਕੀਤਾ? ਉਹ ਕਹਿੰਦਾ ਸਤਿਗੁਰ ਜੀ ਮੈਨੂੰ ਪਹਿਲੇ ਵਾਲੇ ਨੇ ਕਿਹਾ। ਪਹਿਲੇ ਵਾਲਾ ਕਹਿੰਦਾ ਮੈਨੂੰ ਉਸ ਤੋਂ ਪਹਿਲੇ ਵਾਲੇ ਨੇ ਕਿਹਾ। ਅਖੀਰ ਤੱਕ ਜਥੇਦਾਰ ਤੇ ਗੱਲ ਆ ਗਈ ਵੀ ਜਥੇਦਾਰ ਮਨਾ ਕਰਕੇ ਗਿਆ ਵੀ ਇਹਨੂੰ ਗੁਰੂ ਦੇ ਦਰਬਾਰ 'ਚ ਨਹੀਂ ਵੜਨ ਦੇਣਾ। ਅੱਛਾ, ਜਦੋਂ ਜਥੇਦਾਰ ਸਾਹਮਣੇ ਤੇ ਸਿੱਖ ਨੇ ਪਛਾਣ ਲਿਆ, ਕਹਿੰਦਾ ਮਾਲਕ ਜੀ ਹੁਣ ਅਸਲ ਗੱਲ ਇਹ ਹੈ, ਆਹ ਜਿਹੜਾ ਮਸੰਦ ਹੈ ਨਾ, ਇਹਨੂੰ ਮੈਂ ਤੁਹਾਡੇ ਪਰਿਵਾਰ ਵਾਸਤੇ ਕੰਗਣ ਦਿੱਤੇ ਸਨ ਜੜਾਉਣ, ਤੁਹਾਡੇ ਤੱਕ ਪਹੁੰਚੇ ਕਿ ਨਹੀਂ ਇਹ ਦੱਸੋ ਪਹਿਲਾਂ। ਮਾਲਕ ਨੇ ਖਜ਼ਾਨਚੀ ਨੂੰ ਸੱਦ ਲਿਆ, ਦੱਸ ਬਾਈ। ਕਹਿੰਦਾ ਨਹੀਂ ਆਏ। ਕਹਿੰਦੇ ਹਾਂ ਬਾਈ, ਕੰਗਣ ਕਿੱਥੇ ਹੈ? ਕਹਿੰਦਾ ਜੀ ਮੇਰੀ ਘਰਦੀ ਨੂੰ ਪਸੰਦ ਆ ਗਿਆ, ਉਹਨੇ ਰੱਖ ਲਿਆ। ਆਹ ਮਸਲਾ ਸੀ। ਕਿਉਂ? ਵੀ ਜੇ ਸਿੱਖ ਗੁਰੂ ਦੇ ਕੋਲ ਜਾਊਗਾ ਮੇਰੀ ਪੋਲ ਖੁੱਲ ਜੂਗੀ, ਇਸ ਤੋਂ ਚੰਗਾ ਵਧੀਆ ਇਹਨੂੰ ਕਹਿ ਦਿਓ ਵੀ ਗੁਰੂ ਨੇ ਮਨਾ ਕੀਤਾ, ਤੈਨੂੰ ਅਸੀਂ ਦਰਸ਼ਨ ਹੀ ਨਹੀਂ ਦੇਣੇ। ਉਹ ਗੁਰੂ ਨਹੀਂ ਮਨਾ ਕਰਦਾ ਕਿਸੇ ਨੂੰ ਦਰਸ਼ਨ ਦੇਣ ਤੋਂ, ਖਿਆਲ ਰੱਖਣਾ। ਉਹ ਪੋਲ ਖੁੱਲ ਗਈ ਉਹਦੀ। ਮਾਲਕ ਕਹਿੰਦੇ ਕਮਾਲ ਦੀ ਗੱਲ, ਜੇ ਤੈਨੂੰ ਲੋੜ ਸੀ ਤੂੰ ਸਾਨੂੰ ਕਹਿੰਦਾ, ਪਾਤਸ਼ਾਹ ਇਹ ਕੰਗਣ ਜਿਹੜੇ ਨੇ ਮੇਰੇ ਪਰਿਵਾਰ ਨੂੰ ਪਸੰਦ ਨੇ, ਜੇ ਮਿਹਰ ਕਰੋ ਮੈਨੂੰ ਦੇ ਦਿਓ, ਤੇ ਗੁਰੂ ਨੇ ਮਨਾ ਥੋੜ੍ਹੀ ਕਰਨਾ ਸੀ। ਉਹ ਜਿਹੜੇ ਵਿਚੋਲੇ ਨੇ ਨਾ ਜੀ, ਉਹ ਆਪਣੇ ਤੱਕ ਹੀ ਰੋਕਦੇ ਨੇ। ਜਿਵੇਂ ਪ੍ਰਿਥੀ ਕਰਦਾ ਸੀ, ਸੰਗਤ ਆ ਗਈ, ਕੀ ਲੈ ਕੇ ਆਏ ਹੋ? ਆ ਰਸਤਾ ਮਸਤਾਂ ਲਿਆਓ ਸਾਰੀਆਂ, ਰਸਤਾ ਮਸਤਾਂ ਸਾਰੀਆਂ ਆਪਣੇ ਕੋਲ ਰੱਖ ਲਈਆਂ, ਪੈਸਾ ਟਕਾ ਵੀ ਰੱਖ ਲਿਆ, ਹੁਣ ਪ੍ਰਸ਼ਾਦਾ ਛਕਣਾ। ਕਹਿੰਦਾ ਗੁਰੂ ਅਰਜਨ ਸਾਹਿਬ ਨੇ ਲੰਗਰ ਲਾਇਆ, ਉੱਥੇ ਚਲੇ ਜਾਓ, ਉੱਥੇ ਚਲੇ ਜਾਓ। ਭਾਈ ਸਾਹਿਬ ਗੁਰਦਾਸ ਜੀ ਆਏ ਨੇ ਆਗਰੇ ਤੋਂ, ਜਦੋਂ ਬੈਠੇ ਨਾ ਪ੍ਰਸ਼ਾਦਾ ਛਕਣ, ਉਹਨਾਂ ਨੂੰ ਵੀ ਉਹ ਦੋ ਪ੍ਰਸ਼ਾਦੇ ਮਿਲੇ। ਭਾਈ ਗੁਰਦਾਸ ਕਹਿੰਦੇ ਵੀ ਗੁਰੂ ਦੇ ਲੰਗਰ ਦੀ ਸਿਫਤ ਦੇ ਬਾਣੀ 'ਚ ਕੀਤੀ ਹੋਈ ਹੈ, ਲੰਗਰ ਦੌਲਤ ਵੰਡੀ ਆ, ਰਸਮਰਤ ਗੀਰ ਘਿਆਲੀ, ਤੇ ਆ ਸੁੱਕੇ ਪ੍ਰਸ਼ਾਦੇ। ਤੇ ਨਾ ਭਾਈ ਸਾਹਿਬ ਨੇ ਹੱਸ ਕੇ ਇੱਕ ਗੱਲ ਕਹੀ, ਕਹਿੰਦੇ ਸਤਿਗੁਰੂ ਭਾਵੇਂ ਤੁਸੀਂ ਮੇਰੇ ਸਤਿਗੁਰੂ ਹੋ, ਪਰ ਰਿਸ਼ਤੇ ਵਿੱਚ ਤੇ ਮੈਂ ਤੁਹਾਡਾ ਮਾਮਾ ਲੱਗਣਾ, ਤੇ ਫਿਰ ਮਾਮੇ ਦੀ ਤਾਂ ਸੇਵਾ ਹੋਣੀ ਚਾਹੀਦੀ ਹੈ ਨਾ, ਇੰਨੀ ਦੂਰੋਂ ਆਇਆ ਮਾਮਾ। ਤੇ ਪਾਤਸ਼ਾਹ ਜੀ ਨੇ ਗੁਆਚ ਕੇ ਕਿਹਾ ਵੀ ਜੇ ਸੇਵਾ ਕਰਾਉਣੀ ਫਿਰ ਘਰ ਚਲ ਜਾਓ, ਇੱਥੇ ਲੰਗਰ ਹੈ, ਘਰ ਚਲ ਜਾਓ। ਅੱਛਾ, ਜਦੋਂ ਘਰ ਗਏ ਤੇ ਬੀਬੀ ਭਾਨੀ ਨੇ ਫਿਰ ਸਾਰੀ ਵਾਰਤਾ ਦੱਸੀ, ਆਹ ਮਸਲਾ ਹੈ ਵੀ ਸਾਰੀਆਂ ਚੀਜ਼ਾਂ ਪ੍ਰਿਥੀ ਇਕੱਠੀਆਂ ਕਰ ਲੈਂਦਾ ਹੈ, ਲੰਗਰ ਛਕਣ ਦੀ ਵਾਰੀ ਆਉਂਦੀ, ਸੰਗਤ ਲੰਗਰ ਭੇਜ ਦਿੰਦਾ। ਹੁਣ ਇੱਕ ਨਾਕਾਬੰਦੀ ਕਰ ਰੱਖੀ ਹੈ, ਅੱਜ ਬਹੁਤ ਆਤ ਲੋਕਾਂ ਨੇ ਨਾਕਾਬੰਦੀ ਕੀਤੀ ਹੋਈ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਤੱਕ ਆਉਣੀ ਨਹੀਂ ਦਿੰਦੇ, ਕਿਉਂਕਿ ਗਲਤ ਬਾਣੀ ਪੜੋਗੇ ਤੁਹਾਨੂੰ ਪਾਪ ਲੱਗੂਗਾ।
ਤੁਸੀਂ ਦੇਖੋ ਕੋਈ ਵੀ ਕੰਮ ਕਰੋਗੇ ਗਲਤੀ ਕਰੋਗੇ, ਜਿਹੜਾ ਬੰਦਾ ਕੰਮ ਕਰਦਾ ਗਲਤੀ ਤਾਂ ਉਹੀ ਕਰਦਾ ਨਾ, ਤੇ ਜਿਹਨੇ ਕੰਮ ਹੀ ਨਹੀਂ ਕਰਨਾ ਉਹਨੇ ਗਲਤੀ ਕੀ ਕਰਨੀ ਹੈ। ਤੇ ਜੇ ਮੈਂ ਕੰਮ ਕੀਤਾ, ਮੈਂ ਗਲਤੀ ਕੀਤੀ, ਮੇਰਾ ਸੁਧਾਰ ਹੋਏਗਾ, ਮੇਰਾ ਕੰਮ ਠੀਕ ਵੀ ਹੋ ਜਾਏਗਾ। ਭਾਈ ਸਾਹਿਬ ਗੁਰਦਾਸ ਜੀ ਨੇ ਦੋਵਾਂ ਚੋਵਾਂ ਸਿੱਖਾਂ ਨੂੰ ਲਿਆ, ਸਲਾਹ ਕੀਤੀ ਵੀ ਜੀ ਆਪਾਂ ਨਾਕਾਬੰਦੀ ਤੋੜਨੀ ਹੈ, ਠੀਕ ਹੈ ਜੀ, ਆਪਾਂ ਤਿਆਰ ਹਾਂ। ਹੁਣ ਸਾਡੀ ਸੁਰਤ ਚੱਲਦੀ ਹੈ ਕਿਤੇ ਇਹਨਾਂ ਚੀਜ਼ਾਂ ਵਾਲੇ ਪਾਸੇ? ਬਿਲਕੁਲ ਨਹੀਂ ਚੱਲਦੀ ਨਾ। ਉਹਨਾਂ ਨੇ ਜਿਹੜੇ ਆਉਣ ਵਾਲੇ ਰਸਤੇ ਸਨ ਨਾ ਦਰਬਾਰ ਸਾਹਿਬ, ਉਹਨਾਂ ਰਸਤੇ ਦੇ ਬਾਹਰ ਖੜ ਗਏ। ਜਦੋਂ ਵੀ ਸੰਗਤ ਆਉਂਦੀ ਔਰ ਸੰਗਤ ਨੂੰ ਕਹਿੰਦੇ ਵੀ ਸੰਗਤ ਜੀ ਆਹ ਰਸਤਾ ਵਸਤਾ ਜਿਹੜੀਆਂ ਜਾਂ ਤਾਂ ਤੁਸੀਂ ਸਾਨੂੰ ਦੇ ਦਿਓ ਅਤੇ ਜਾਂ ਤੁਸੀਂ ਸਿੱਧਾ ਗੁਰੂ ਅਰਜਨ ਸਾਹਿਬ ਕੋਲ ਲੈ ਕੇ ਦਿਓ, ਪਿਰਥੀ ਨੂੰ ਨਹੀਂ ਦੇਣੀਆਂ। ਹੁਣ ਪਿਰਥੀ ਵੀ ਤਾਂ ਗੁਰੂ ਦਾ ਪੁੱਤਰ ਹੈ। ਉਹ ਕਹਿੰਦੇ ਕਿਉਂ ਜੀ? ਉਹ ਕਹਿੰਦੇ ਵੀ ਆਹ ਮਸਲਾ ਹੈ ਅਤੇ ਕਈ ਵਾਰੀ ਇਹ ਹੁੰਦਾ ਜੇ ਮੈਂ ਕੋਈ ਗੱਲ ਲੱਗਾ ਹੋ ਸਕਦਾ ਮੇਰੀ ਗੱਲ 'ਤੇ ਵਿਸ਼ਵਾਸ ਨਾ ਹੋਵੇ। ਉਹ ਕਹਿੰਦੇ ਤੁਸੀਂ ਇੱਕ ਕੰਮ ਕਰੋ, ਰਸਤਾ ਵਸਤਾ ਸਾਡੇ ਕੋਲ ਛੱਡ ਕੇ ਤੁਸੀਂ ਮੱਥਾ ਟੇਕ ਆਓ ਚਲੋ, ਅਤੇ ਤੁਸੀਂ ਜਦੋਂ ਮੱਥਾ ਟੇਕਣ ਜਾਓਗੇ ਵੀ ਤੁਸੀਂ ਇਹ ਦੇਖਣਾ ਪ੍ਰਿਥੀ ਚੰਦ ਤੁਹਾਨੂੰ ਕਿਵੇਂ ਮਿਲਦਾ, ਰਸਤਾ ਵਸਤਾ ਲੈ ਕੇ ਜਾਓਗੇ ਕਿਵੇਂ ਮਿਲਦਾ। ਅੱਛਾ ਹੁਣ ਜਦੋਂ ਖਾਲੀ ਹੱਥ ਜਾਣਾ ਤੇ ਪ੍ਰਿਥੀ ਉਹਨਾਂ ਕਹਿਣਾ ਕੀ ਗੱਲ ਤੁਸੀਂ ਕੁਛ ਲੈ ਕੇ ਨਹੀਂ ਆਏ? ਕਹਿੰਦੇ ਨਾ, ਉਹਨਾਂ ਨੇ ਰੁੱਖਾ ਹੋ ਕੇ ਬੋਲਣਾ ਅਤੇ ਜੇ ਤੁਸੀਂ ਕੁਛ ਲੈ ਕੇ ਨਹੀਂ ਆਏ ਰਸਤਾ ਮਤਾ ਫਿਰ ਇੱਥੇ ਕੀ ਲੈਣ ਆਇਓ? ਉੱਥੋਂ ਪਤਾ ਲੱਗ ਗਿਆ ਨਾ ਵੀ ਇਸ ਤਰ੍ਹਾਂ ਪੈਸਾ ਇਕੱਠਾ ਕਰਨ ਵਾਸਤੇ, ਇਸ ਤਰ੍ਹਾਂ ਰਸਤਾ ਮਤਾ ਇਕੱਠੀਆਂ ਕਰਨ ਵਾਸਤੇ ਨੇ। ਉਹ ਫਿਰ ਸਾਰਾ ਕੁਝ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਕੋਲੇ ਉਹਨਾਂ ਨੇ ਮੁੜ ਕੇ ਲਿਆਉਣਾ ਸ਼ੁਰੂ ਕੀਤਾ ਤੇ ਪ੍ਰਿਥੀ ਚੰਦੀ ਨਾਕਾਬੰਦੀ ਜਿਹੜੀ ਉਹ ਖਤਮ ਹੋ ਗਈ। ਅੱਜ ਬੜਿਆਂ ਤਰੀਕਿਆਂ ਦੇ ਨਾਲ ਨਾਕਾਬੰਦੀ ਕਰਕੇ ਨਾ ਸਾਨੂੰ ਵੀ ਫਸਾਇਆ ਹੋਇਆ, ਪਰ ਉਹ ਨਾਕਾਬੰਦੀ ਤੋੜੇਗਾ ਕੌਣ? ਅਸੀਂ ਸਿਰਫ ਨਿੱਜੀ ਜੀਵਨ ਜਿਉਂਦੇ ਹਾਂ, ਉਹ ਨਿੱਜੀ ਲੜਾਈਆਂ ਤੱਕ ਅਸੀਂ ਸੀਮਤ ਹਾਂ ਬਸ। ਗੁਰਦੁਆਰੇ ਵੀ ਸਾਡੇ ਨਿੱਜੀ, ਗੋਲਕਾਂ ਵੀ ਸਾਡੀਆਂ ਨਿੱਜੀ ਨੇ ਤੇ ਝਗੜੇ ਵੀ ਸਾਡੇ ਨਿੱਜੀ ਨੇ ਬਸ। ਮਾਲਕ ਮਿਹਰ ਕਰਨ ਕਿਤੇ ਅਸੀਂ ਆਪਣੇ ਨਿੱਜ ਤੋਂ ਉੱਪਰ ਉੱਠ ਕੇ ਪੰਥ ਦੀ ਗੱਲ ਕਰ ਸਕੀਏ, ਕਿਤੇ ਗ੍ਰੰਥ ਦੀ ਗੱਲ ਕਰ ਸਕੀਏ, ਕਿਤੇ ਧਰਮ ਕੇ ਜੈਕਾਰ ਦੀ ਗੱਲ ਕਰ ਸਕੀਏ, ਕਿਤੇ ਖਾਲਸੇ ਜੀ ਕੇ ਬੋਲਬਾਲੇ ਦੀ ਗੱਲ ਕਰ ਸਕੀਏ। ਇਹ ਤਾਂ ਹੋਏਗਾ ਜੇ ਸਤਿਗੁਰੂ ਸਾਨੂੰ ਪਿਆਰਾ ਲੱਗੇਗਾ। ਪਰ ਮੇਰੀ ਹਾਲਤ ਕੀ ਹੈ? ਸਤਿਗੁਰੂ ਪਿਆਰਾ ਨਾ ਲੱਗਾ ਹੀ, ਮਨ ਹਠਿਆ ਆਵੇ ਜਾਏ, ਮੈਨੂੰ ਨਾ ਬਾਣੀ ਪੜ੍ਹਨੀ ਚੰਗੀ ਨਹੀਂ ਲੱਗਦੀ। ਹੁਣ ਕੀ ਕਰੋਗੇ ਇਸ ਬੰਦੇ ਦਾ? ਮੇਰਾ ਬਾਣੀ ਪੜ੍ਹਨ ਨੂੰ ਜੀ ਨਹੀਂ ਕਰਦਾ, ਮੇਰੇ ਸੰਗਤ 'ਚ ਜਾਣ ਨੂੰ ਮਨ ਨਹੀਂ ਕਰਦਾ। ਜਿਸ ਬੰਦੇ ਦਾ ਰੋਟੀ ਖਾਣ ਨੂੰ ਜੀ ਨਾ ਕਰੇ ਉਹਦਾ ਕੀ ਕਰੋਗੇ? ਕਿੱਦਾਂ ਮੈਦਾ ਖਰਾਬ ਹੈ, ਮੈਨੂੰ ਭੁੱਖ ਨਹੀਂ ਲੱਗਦੀ, ਕਿੱਦਾਂ ਮੈਦਾ ਖਰਾਬ ਹੈ। ਅਤੇ ਜੇ ਮੈਨੂੰ ਬਾਣੀ ਨਹੀਂ ਚੰਗੀ ਲੱਗਦੀ, ਸੰਗਤ ਨਹੀਂ ਚੰਗੀ ਲੱਗਦੀ, ਸੇਵਾ ਨਹੀਂ ਚੰਗੀ ਲੱਗਦੀ, ਮੇਰਾ ਮਨ ਖਰਾਬ ਹੈ, ਇਹਦਾ ਇਲਾਜ ਕਰਨਾ ਪਏਗਾ। ਇਹਦਾ ਇਲਾਜ ਕੌਣ ਕਰੇਗਾ? ਇਹਦਾ ਇਲਾਜ ਵੀ ਸੰਗਤ ਹੀ ਕਰੇਗੀ। ਸਾਰਾ ਮਨ ਦੇ ਪਿੱਛੇ ਲੱਗ ਕੇ ਤੁਰਦਾ ਸਤਿਗੁਰੂ ਕਹਿੰਦੇ ਮਨ ਹੱਠ ਆਵੇ ਜਾਏ, ਇਹ ਤੇ ਜੰਮਦਾ ਮਰਦਾ ਰਹਿਣਾ। ਅਗਲੀ ਗੱਲ ਵੇਖੋ, ਸਾਹਿਬ ਨੇ ਫਰਮਾਨ ਕੀਤਾ ਜੇ ਇੱਕ ਵਿਖ ਅਗਾਹਾਂ ਭਰੇ ਤਾਂ ਦਸ ਵਿਖਾਂ ਪਿਛਾਹਾਂ ਜਾਏ। ਇੱਕ ਪੈਰ ਅੱਗੇ ਰੱਖਦਾ ਦਸ ਪਿੱਛੇ। ਇੱਕ ਦਿਨ ਗੁਰਦੁਆਰੇ ਗਿਆ ਸੀ, ਬੜਾ ਚਾਅ ਚੜਿਆ ਮੁੜ ਕੇ। ਇੱਕ ਦਿਨ ਅੰਮ੍ਰਿਤ ਵੇਲੇ ਉੱਠਿਆ ਸੀ ਮੁੜ ਕੇ। ਇੱਕ ਦਿਨ ਅੰਮ੍ਰਿਤ ਵੇਲੇ ਆਇਆ ਸੀ ਮੱਥਾ ਟੇਕਣ ਮੁੜ ਕੇ। ਇੱਕ ਦਿਨ ਆਇਆ ਸੀ ਸੇਵਾ ਕਰ ਗਿਆ ਮੁੜ ਕੇ। ਜੀਓ ਹੀ ਨਹੀਂ ਕਰਦਾ। ਬਹਾਨੇ ਸਾਡੇ ਕੋਲ ਬੜੇ, ਮੈਨੂੰ ਨਾ ਟਾਈਮ ਨਹੀਂ ਲੱਗਦਾ। ਚਲੋ ਜੇ ਤੈਨੂੰ ਟਾਈਮ ਨਹੀਂ ਲੱਗਦਾ, ਜਦੋਂ ਟਾਈਮ ਲੱਗਦਾ ਉਦੋਂ ਆ ਜਾ। ਗੁਰੂ ਨੇ ਕਿਹੜਾ ਆਪਣੀ ਦੁਕਾਨ ਬੰਦ ਕਰ ਦੇਣੀ ਹੈ? ਗੁਰੂ ਨੇ ਕਿਹੜਾ ਸੇਵਾ ਸਮੇਟ ਦੀ? ਚੱਲ ਬਈ ਹੁਣ ਬਸ ਸੇਵਾ ਨਹੀਂ ਹੋਣੀ, ਹੁਣ ਜਾਓ ਕਰਨ। ਨਹੀਂ,
ਤੁਸੀਂ ਜਦ ਜਿਹੜਾ ਤੁਹਾਡੇ ਕੋਲ ਟਾਈਮ ਹੈ ਤੁਸੀਂ ਉਸੇ ਟਾਈਮ ਹੀ ਆ ਜਾਓ। ਪਾਓ ਤਾਂ ਸਹੀ, ਤੁਰੋ ਤਾਂ ਸਹੀ, ਉੱਠੋ ਤਾਂ ਸਹੀ, ਉਹ ਹਿੰਮਤ ਦੇ ਮਾਰੋ। ਔਖਾ ਹੈ ਕਿਉਂਕਿ ਸਰੀਰ ਨੂੰ ਜਿਵੇਂ ਦਾ ਬਣਾ ਲਿਆ ਨਾ ਇਹ ਉਵੇਂ ਦਾ ਬਣ ਗਿਆ। ਜੇ ਤੁਸੀਂ ਨੂੰ ਆਲਸੀ ਬਣਾ ਲਓਗੇ, ਆਲਸੀ ਬਣ ਜਾਊਗਾ ਦਲਿੱਦਰੀ, ਹਿੱਲਣਾ ਹੀ ਨਹੀਂ ਸਾਰਾ ਦਿਨ। ਅਤੇ ਜੇ ਤੁਸੀਂ ਇਹਨੂੰ ਹਿੰਮਤ ਦਿਓਗੇ, ਇੱਕ ਨਾ ਬਾਣੀ ਦਾ ਬਚਨ ਹੈ, ਕਦੇ ਕਿਸੇ ਨੇ ਵਰਤਿਆ ਹੋਵੇ ਤੇ ਵਾਂਝੇ ਮੇਰੇ ਆਲਸਾ ਤੂੰ ਦਪਾਸ ਬੇਨੰਤੀ, ਆਲਸ ਨੂੰ ਕਿਹਾ ਓਏ ਆਲਸਾ ਤੂੰ ਮੇਰਾ ਖਿਹੜਾ ਛੱਡ ਜਾ, ਤੇਰੇ ਅੱਗੇ ਬੇਨਤੀ ਹੈ ਮੇਰਾ ਖਿਹੜਾ ਛੱਡ ਦੇ। ਕਦੇ ਕਿਸੇ ਨੇ ਬੇਨਤੀ ਕੀਤੀ ਹੈ ਆਲਸ ਨੂੰ, ਵਾਂਝੇ ਮੇਰੇ ਆਲਸਾ ਤੁਝ ਪਾਸ ਬੇਨੰਤੀ, ਉਹ ਮੇਰੇ ਆਲਸਾ ਉਹ ਦਲਿੱਦਰਾ ਤੇਰੇ ਅੱਗੇ ਬੇਨਤੀ ਹੈ ਤੂੰ ਨਿਕਲ ਚੱਲ, ਮੈਨੂੰ ਤੇਰੀ ਲੋੜ ਨਹੀਂ ਹੈ। ਮੈਂ ਤੇ ਆਲਸ ਨੂੰ ਦਲਿੱਦਰ ਨੂੰ ਆਪਣੇ ਨਾਲ ਰੱਖਦਾ ਹਰ ਵੇਲੇ। ਉਹ ਘਰ ਚ ਮਾਵਾਂ ਨੇ ਕਹਿੰਦੀ ਵੇਖ ਕਿੱਦਾਂ ਦਲਿੱਦਰ ਪਾ ਕੇ ਬੈਠੇ ਨੇ। ਸਤਿਗੁਰ ਨੇ ਸਾਨੂੰ ਦਲਿੱਦਰੀ ਨਹੀਂ, ਸਤਿਗੁਰ ਨੇ ਸਾਨੂੰ ਉਦਮੀ ਬਣਾਇਆ। ਪਾਤਸ਼ਾਹ ਜੀ ਬਚਨ ਕੀਤਾ, ਇੱਕ ਦਿਨ ਤੇ ਬੜਾ ਚਾਅ ਚੜਿਆ ਸੀ ਤੇ ਹੁਣ ਕੀ ਹੋ ਗਿਆ, ਠੰਡਾ ਪੈ ਗਿਆ, ਚਾਉ ਮੱਠਾ ਪੈ ਗਿਆ। ਮਾਲਕ ਕਹਿੰਦੇ ਆਹੀ ਤੇ ਬਾਤ ਹੈ, ਚਾਉ ਨਹੀਂ ਮੱਠਾ ਪੈਣਾ ਚਾਹੀਦਾ, ਅੱਗ ਬਲਦੀ ਰਹਿਣੀ ਚਾਹੀਦੀ ਹੈ, ਅੰਦਰ ਧੁੱਖਣੀ ਚਾਹੀਦੀ ਅੱਗ ਅੰਦਰ। ਜਦੋਂ ਕਿਤੇ ਅੱਗ ਧੁੱਕਦੀ ਹੋਵੇ ਨਾ ਤੇ ਬੰਦਾ ਸੁੱਖ ਦੇ ਨਾਲ ਉੱਤੇ ਬਹਿ ਨਹੀਂ ਸਕਦਾ, ਉਹ ਤੂੰ ਅੱਖਾਂ 'ਚ ਜਾਂਦਾ ਨਾ ਦੇਖ ਲਓ ਜੀ ਨਹੀਂ ਜਾਂਦਾ। ਅਸੀਂ ਅੰਦਰੋਂ ਖਤਮ ਮੁਰਦੇ, ਤੇ ਮੁਰਦਿਆਂ ਨੇ ਕੀ ਕਰਨਾ, ਕੁਛ ਨਹੀਂ ਕਰਨਾ, ਸਾਧ ਸੰਗਤ ਦੀ ਖਿਆਲ ਰੱਖਣਾ। ਅਗਲੀ ਗੱਲ ਸਤਿਗੁਰ ਨੇ ਫਰਮਾਨ ਕੀਤਾ, ਸਤਿਗੁਰ ਕੀ ਸੇਵਾ ਚਾਕਰੀ ਜੇ ਚੱਲਣਾ ਸਤਿਗੁਰ ਪਾਏ। ਹੁਣ ਸਤਿਗੁਰ ਦੀ ਚਾਕਰੀ ਕੀ ਹੈ ਜੀ, ਸਤਿਗੁਰ ਦੀ ਸੇਵਾ ਕੀ ਹੈ ਜੀ, ਜੇ ਚੱਲਣਾ ਸਤਿਗੁਰ ਪਾਏ, ਜੇ ਸਤਿਗੁਰ ਦੀ ਰਜ਼ਾ ਵਿੱਚ ਤੁਰਿਆ ਜਾਏ ਉਹ ਸਤਿਗੁਰ ਦੀ ਚਾਕਰੀ ਹੈ, ਉਹ ਸਤਿਗੁਰ ਦੀ ਸੇਵਾ ਹੈ, ਸਤਿਗੁਰ ਦੀ ਰਜ਼ਾ ਵਿੱਚ ਤੁਰਨਾ। ਗੁਰ ਕੀ ਆ ਗਿਆ, ਗੁਰੂ ਕੀ ਟਹਿਲ, ਗੁਰੂ ਕੀ ਆ ਗਿਆ, ਕੀ ਹੈ ਜੀ ਗੁਰੂ ਕੀ ਆ ਗਿਆ, ਕੀ ਹੈ ਗੁਰੂ ਕੀ ਟਹਿਲ, ਕੀ ਹੈ ਗੁਰੂ ਕੀ ਸੇਵਾ। ਪਾਤਸ਼ਾਹ ਕਹਿੰਦੇ ਨੇ ਗੁਰੂ ਕੀ ਟਹਿਲ, ਗੁਰੂ ਕੀ ਸੇਵਾ, ਗੁਰ ਕੀ ਆ ਗਿਆ ਮਨ ਭਾਣੀ, ਗੁਰੂ ਦੀ ਆ ਗਿਆ ਚੰਗੀ ਲੱਗ ਗਈ, ਮੇਰੀ ਸੇਵਾ ਸਫਲ ਹੋ ਗਈ, ਆਗਿਆ ਤੱਕ ਤਾਂ ਮੈਂ ਪਹੁੰਚਿਆ ਹੀ ਨਹੀਂ, ਗੁਰੂ ਦੀ ਆਗਿਆ ਤੱਕ ਤਾਂ ਮੈਂ ਪਹੁੰਚਿਆ ਨਹੀਂ, ਆਗਿਆ ਨੂੰ ਤਾਂ ਮੈਂ ਸਮਝਣ ਦਾ ਯਤਨ ਨਹੀਂ ਕੀਤਾ। ਮੁਬਾਰਕ ਹੈ, ਕੀਰਤਨ ਕਰੋ ਤੁਸੀਂ ਚੰਗੀ ਗੱਲ ਹੈ, ਸਿਮਰਨ ਕਰੋ ਤੁਸੀਂ ਚੰਗੀ ਗੱਲ ਹੈ, ਪਰ ਇਕੱਲਾ ਕੀਰਤਨ ਕਰਨਾ ਤੇ ਇਕੱਲਾ ਸਿਮਰਨ ਕਰਨਾ ਸੀ ਤੇ ਇੱਥੇ ਰਹਿਣਾ ਗਾਂ ਸੀ, ਕੁਝ ਸਮਝਣਾ ਹੀ ਨਹੀਂ ਨਾ ਭਾਈ। ਬਾਬੇ ਨੇ ਬਾਣੀ 'ਚ ਬਚਨ ਕੀਤਾ, ਕੀਰਤਨ ਕਥਾ ਸੁਖਦਾਈ। ਅਸੀਂ ਕਦੇ ਗੁਰੂ ਨੂੰ ਸਵਾਲ ਨਹੀਂ ਕੀਤਾ, ਸਿੱਖਾਂ ਨੇ ਸਵਾਲ ਕੀਤਾ, ਪਾਤਸ਼ਾਹ ਇੱਕ ਬੇਨਤੀ ਹੈ। ਮਾਲਕ ਕਹਿੰਦੇ ਦੱਸੋ, ਕਹਿੰਦਾ ਸਤਿਗੁਰੂ ਮੈਂ ਪਾਠ ਕਰ ਰਿਹਾ ਸੀ ਤੇ ਕੀਰਤਨ ਵਾਲੇ ਨੂੰ ਕਿਹਾ ਵੀ ਮੇਰੀ ਇੱਕ ਅਸ਼ਪਤੀ ਰਹਿ ਗਈ ਹੈ ਬਸ ਮੁੱਕ ਜਾਏ ਤੇ ਤੁਸੀਂ ਕੀਰਤਨ ਸ਼ੁਰੂ ਕਰ ਲਓ। ਇਹਨਾਂ ਨੇ ਸਬਰ ਹੀ ਨਹੀਂ ਕੀਤਾ, ਕੀਰਤਨ ਸ਼ੁਰੂ ਕਰਕੇ ਬਹਿ ਗਏ। ਕੀਰਤਨ ਸ਼ੁਰੂ ਕਰਕੇ ਬਹਿ ਗਏ, ਇਹਨਾਂ ਨੂੰ ਸਮਝਾਓ। ਮਾਲਕ ਨੇ ਕਿਹਾ ਸਮਝਣ ਦੀ ਲੋੜ ਤੇ ਭਾਈ ਤੈਨੂੰ ਆ। ਫਿਰ ਸਿੱਖ ਨੇ ਸਵਾਲ ਕੀਤਾ, ਸਤਿਗੁਰੂ ਜੀ ਨੇ ਪਾਠ ਦੀ ਮਹਾਨਤਾ ਦੱਸੀ, ਸਤਿਗੁਰੂ ਜੀ ਨੇ ਕੀਰਤਨ ਦੀ ਮਹਾਨਤਾ ਦੱਸੀ, ਸਤਿਗੁਰੂ ਜੀ ਨੇ ਕਥਾ ਦੀ ਮਹਾਨਤਾ ਦੱਸੀ, ਔਰ ਸਤਿਗੁਰੂ ਪਾਤਸ਼ਾਹ ਜੀ ਨੇ ਸੰਗਤ ਦੀ ਮਹਾਨਤਾ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਸਿੱਖਾਂ ਨੂੰ ਸਮਝਾਈਆਂ। ਅਸੀਂ ਕਿੰਨੀਆਂ ਕੁ ਸਮਝ ਗਏ ਹਾਂ ਜੀ, ਆਪਣੇ ਮਨ 'ਚ ਝਾਤ ਮਾਰੋ।
ਜਵਾਬ ਮਿਲੇਗਾ। ਅਗਲੀ ਗੱਲ ਸਾਹਿਬ ਨੇ ਫਰਮਾਨ ਕੀਤਾ, ਆਪ ਗਵਾਏ, ਆਪਣਤ ਗਵਾਉਣੀ ਹੈ, ਮੈਂ ਮੇਰੀ ਗਵਾਉਣੀ ਹੈ। ਹੁਣ ਤੁਸੀਂ ਵੇਖੋ, ਜੇ ਮੈਂ ਮੇਰੀ ਗਵਾਉਣੀ ਹੋਵੇ ਕਿਵੇਂ ਗਵਾਉਂਗੇ? ਜਵਾਈ ਹੈ, ਸਹੁਰੇ ਘਰ ਆ ਕੇ ਡੱਕਾ ਭੰਨਦਾ। ਅਸੀਂ ਤੇ ਜਵਾਈਆਂ ਨੂੰ ਵੈਸੇ ਨਵਾਬ ਬਣਾ ਕੇ ਰੱਖਦੇ ਹਾਂ, ਤੇ ਜੇ ਜਵਾਈਆਂ ਨੂੰ ਨਾ ਪਾਣੀ ਪੁੱਛਿਆ, ਕਹਿੰਦੇ ਲੈ ਤੇਰੇ ਮਾਂ ਪਿਓ ਦੇ ਮੇਰੀ ਕਦਰ ਹੀ ਨਹੀਂ ਕੀਤੀ। ਪਰ ਆਹ ਵੇਖੋ ਜਵਾਈ ਕੈਸਾ, ਸਹੁਰੇ ਘਰ ਟੋਕਰੀ ਢੋ ਰਿਹਾ। ਧੰਨ ਗੁਰੂ ਰਾਮਦਾਸ ਸਾਹਿਬ, ਇਹ ਜਵਾਈ ਕੈਸਾ, ਲੰਗਰ ਬਣਾਉਣ ਬਣਾਉਂਦਾ ਹੈ, ਲੰਗਰ ਵਰਤਾਉਂਦਾ, ਪਾਣੀ ਲੈ ਕੇ ਆਉਂਦਾ, ਇਹ ਕੈਸਾ ਜਵਾਈ ਹੈ? ਤੇ ਉਹਨੂੰ ਪੁੱਛੇ ਵੀ ਤੂੰ ਜਵਾਈ ਹੈ? ਉਹ ਕਹਿੰਦਾ ਭਾਈ ਮੈਂ ਜਵਾਈ ਕੋਈ ਨਹੀਂ, ਮੈਂ ਤੇ ਸੇਵਕ ਹਾਂ। ਅੱਜ ਕਿਹੜਾ ਜਵਾਈ ਸੇਵਕ ਬਣਨ ਨੂੰ ਤਿਆਰ ਹੈ ਜੀ? ਅੱਜ ਕਿਹੜਾ ਕੁੜਮ ਸਿੱਖ ਬਣਨ ਨੂੰ ਤਿਆਰ ਹੈ? ਨਹੀਂ। ਕਿਹੜਾ ਪੁੱਤਰ ਹੈ ਜਿਹੜਾ ਸੇਵਕ ਬਣ ਕੇ ਦਵੇ, ਮੇਰੇ ਬਾਪ ਕੋਲ ਬਥੇਰਾ ਪੈਸਾ, ਮੈਨੂੰ ਲੋੜ ਹੀ ਨਹੀਂ ਹੈ। ਕਿਉਂ? ਕਿ ਬਾਪ ਦੇ ਕੋਲੋਂ ਤੇ ਸਭ ਕੁਝ ਮੇਰੇ ਕੋਲ ਹੀ ਆਉਣਾ, ਵਿਗੜ ਗਿਆ ਨਿਆਣਾ। ਪਰ ਵੇਖੋ, ਧੰਨ ਗੁਰੂ ਅਰਜਨ ਪਾਤਸ਼ਾਹ, ਗੁਰੂ ਰਾਮਦਾਸ ਜੀ ਦੇ ਪੁੱਤਰ ਹੋਣ ਦੇ ਬਾਵਜੂਦ ਵੀ ਪੁੱਤਰ ਬਣ ਕੇ ਨਹੀਂ, ਸੇਵਕ ਬਣ ਕੇ ਸੇਵਾ ਕਰ ਰਹੇ ਨੇ। ਪਰ ਜਦੋਂ ਸੇਵਕ ਬਣ ਕੇ ਸੇਵਾ 'ਤੇ ਲੱਗੇ, ਬਾਪ ਨੇ ਆਪਣੇ ਪੁੱਤਰ ਨੂੰ ਗਾਦੀ ਬਖਸ਼ਤੀ, ਵੀ ਇਹ ਯੋਗ ਹੈ, ਇਹ ਲਾਇਕ ਹੈ, ਇਹ ਬੈਠਣ ਯੋਗ ਹੈ ਤਖਤ 'ਤੇ। ਆਪਣੇ ਅੰਦਰ ਯੋਗਤਾ ਪੈਦਾ ਕਰੀਏ ਭਾਈ, ਯੋਗਤਾ ਪੈਦਾ ਕਰਾਂਗੇ, ਗੱਦੀਆਂ ਤਖਤ ਸਭ ਕੁਛ ਸਾਨੂੰ ਮਿਲ ਜਾਏਗਾ। ਸਤਿਗੁਰੂ ਕਹਿੰਦੇ ਉਹਦੇ ਵਾਸਤੇ ਆਪਣਾ ਤਾਂ ਗਵਾਉਣੀ ਪਏਗੀ। ਆਪ ਗਵਾਏ ਸੇਵਾ ਕਰੇ, ਤਾਕਤ ਪਾਏ ਮਾਨ, ਆਪ ਗਵਾਏ ਸਤਿਗੁਰ ਨੂੰ ਮਿਲੈ ਸਹਿਜੇ ਰਹਿ ਸਮਾਏ, ਨਾਨਕ ਤਿੰਨਾ ਨਾਮ ਨਾ ਵਿਸਰੈ ਸੱਚੇ ਮੇਲ ਮਿਲਾਏ। ਉਹਨਾਂ ਨੂੰ ਨਾਮ ਨਹੀਂ ਵਿਸਰਦਾ ਜਿਹਨਾਂ ਨੂੰ ਸੱਚੇ ਨੇ ਆਪਣੇ ਨਾਲ ਮਿਲਾ ਲਿਆ, ਉਹ ਤੇ ਉਹਦਾ ਰੂਪ ਹੀ ਬਣ ਗਏ। ਉਹਨੂੰ ਵੀ ਨਹੀਂ ਵਿਸਰਦਾ ਜਿਹੜੇ ਉਹਦਾ ਰੂਪ ਬਣ ਗਏ, ਉਹਨਾਂ ਨੂੰ ਵੀ ਨਹੀਂ ਵਿਸਰਦਾ। ਹਕੂਮਤਾਂ ਨੇ ਕਿੰਨਾ ਜ਼ੋਰ ਲਾਇਆ ਵੀ ਸਿੱਖਾਂ ਨੂੰ ਨਾਮ ਭੁੱਲ ਜਾਏ। ਅਕਸਰ ਕਦੋਂ ਨਾਮ ਭੁੱਲਦਾ? ਜਦੋਂ ਅਸੀਂ ਸਰੀਰਕ ਤੌਰ 'ਤੇ ਦੁਖੀ ਹਾਂ, ਸਾਨੂੰ ਬਾਣੀ ਪੜ੍ਹਨੀ ਚੰਗੀ ਨਹੀਂ ਲੱਗਦੀ, ਕਿਉਂਕਿ ਅਸੀਂ ਸਰੀਰਕ ਪੀੜ ਨੂੰ ਜ਼ਿਆਦਾ ਤਰਜੀਹ ਦਿੰਦੇ ਹਾਂ। ਮੇਰਾ ਸਰੀਰ ਹੀ ਠੀਕ ਨਹੀਂ, ਮੈਂ ਕਿੱਦਾਂ ਬਾਣੀ ਪੜ੍ਹਾਂ, ਮੈਂ ਕਿੱਦਾਂ ਸੰਗਤ ਕਰਾਂ? ਹੁਣ ਤੁਸੀਂ ਵੇਖੋ, ਇੱਕ ਸਿੱਖ ਨੂੰ ਔਰ ਉਹਦੇ ਪੁੱਤਰ ਨੂੰ, ਦੋਨਾਂ ਨੂੰ ਚਰਖੜੀ 'ਤੇ ਚਾੜ ਕੇ ਘੁਮਾਤਾ, ਸਰੀਰ ਦੀਆਂ ਬੋਟੀਆਂ ਖਿਲਰ ਗਈਆਂ, ਤੁੰਬਾ ਰੂਹ ਨਿਕਲ ਗਿਆ ਸਰੀਰ ਦਾ, ਇੰਨੀ ਹਾਲਤ ਖਰਾਬ ਕਰਤੀ ਉਹਨਾਂ ਨੇ। ਪਰ ਸਿੱਖ ਫਿਰ ਵੀ ਚੜ੍ਹਦੀ ਕਲਾ 'ਚ ਹੈ। ਗਿਆਨੀ ਗਿਆਨ ਸਿੰਘ ਲਿਖਦੇ ਨੇ, ਉੱਚੇ ਚਾੜ ਫਿਰ ਬਹੁਤ ਘੁਮਾਇਆ, ਵਾਹਿਗੁਰੂ ਤਿੰਨ ਨਾਹੇ ਭੁਲਾਇਆ। ਉਹਨੇ ਰੱਬ ਨੂੰ ਭੁਲਾਇਆ ਹੀ ਨਹੀਂ, ਯਾਦ ਉਹਦੀ ਵਿਸਾਰ ਹੀ ਹੋਈ। ਉਹ ਕਹਿੰਦਾ ਤੂੰ ਸਰੀਰ ਬਚਾ ਆਪਣਾ, ਉਹ ਕਹਿੰਦਾ ਦੇ ਤੂੰ ਆਵਣ ਜਾਣ ਹੈ, ਸਿੱਖੀ ਲੱਭਿਆ ਕਦ ਕੋਏ। ਉਹ ਸਰੀਰ 'ਤੇ ਆਉਣਾ ਜਾਣਾ ਹੈ, ਸਿੱਖੀ ਨਹੀਂ ਮੁੜ ਕੇ ਲੱਭਣੀ। ਹੋ ਸਕਦਾ ਸਰੀਰ ਫਿਰ ਵੀ ਮਿਲ ਜਾਏ, ਸਿੱਖੀ ਨਹੀਂ ਮਿਲਣੀ। ਇਸ ਕਰਕੇ ਮੇਰੇ ਵਾਸਤੇ ਸਰੀਰ ਦੇ ਨਾਲੋਂ ਜ਼ਿਆਦਾ ਸਿੱਖੀ ਨੂੰ ਸੰਭਾਲਣਾ ਹੈ। ਔਰ ਅੱਜ ਅਸੀਂ ਮਾਫ਼ ਕਰਨਾ, ਨਾ ਸਰੀਰ ਸੰਭਾਲਿਆ ਅਤੇ ਨਾ ਹੀ ਅਸੀਂ ਸਿੱਖੀ ਸੰਭਾਲੀ। ਸਰੀਰ ਸਾਡਾ ਨਸ਼ਿਆਂ 'ਚ ਖਤਮ ਹੋ ਗਿਆ ਅਤੇ ਸਿੱਖੀ ਸਾਡੀ ਵਹਿਮਾਂ ਭਰਮਾਂ 'ਚ ਖਤਮ ਹੋ ਗਈ, ਅਨਮਤ ਵਿੱਚ ਖਤਮ ਹੋ ਗਈ, ਪਖੰਡ ਵਿੱਚ ਖਤਮ ਹੋ ਗਈ। ਮਾਲਕ ਦੀ ਮਿਹਰ ਕਰਨ, ਮੇਰੀ ਤੇ ਅਰਦਾਸ ਹੀ ਹੈ ਪਾਤਸ਼ਾਹ ਜੀ, ਸਾਡੀ ਸਭਨਾ ਦੀ ਮਾਂ ਪਕੜ, ਸਾਨੂੰ ਆਪਣੇ ਰਾਹ 'ਤੇ ਤੁਰ ਲੈਣ। ਪੌੜੀ ਵਿੱਚ ਸਾਹਿਬ ਨੇ ਫਰਮਾਨ ਕੀਤਾ, ਖਾਨ
ਮਲੂਕ ਕਹਾਂਦੇ ਕੋ ਰਹਿਣ ਨਾ ਪਾਈ। ਖਾਨ ਸਾਹਿਬ ਮਲ ਕਹਿੰਦੇ ਇਹਨਾਂ ਨੇ ਸਦਾ ਨਹੀਂ ਰਹਿਣਾ, ਮਲੂਕ ਬਾਦਸ਼ਾਹ ਇਹਨੇ ਵੀ ਸਦਾ ਨਹੀਂ ਰਹਿਣਾ। ਆਪਾਂ ਜਦੋਂ ਬਾਣੀ ਪੜ੍ਹਦੇ ਹਾਂ ਸਤਿਗੁਰੂ ਜੀ ਨੇ ਬਾਣੀ 'ਚ ਬਚਨ ਕੀਤਾ, ਬਾਦਸ਼ਾਹ ਸ਼ਾਹ ਵਪਾਰੀ ਮਰਨਾ ਜੋ ਦੀਸੈ ਸੋ ਕਾਲ ਲੈ ਖਰਨਾ, ਜੋ ਵੀ ਨਜ਼ਰ ਆਉਂਦਾ ਸਭ ਮੌਤ ਦੇ ਮੂੰਹ 'ਚ ਜਾਏਗਾ ਜੀ। ਗੜ ਮੰਦਰ ਗਚ ਗਿਰੀਆਂ ਕਿਚ ਸਾਥ ਨਾ ਜਾਈ। ਗੜ ਕਹੀਏ ਕਿਲਾ ਜੀ, ਬੜੀਆਂ ਚੂਨਾ ਲਾ ਲਾ ਕੇ ਨਾ ਤਕੜੀਆਂ ਇਮਾਰਤਾਂ ਬਣਾਈਆਂ, ਬੜੇ ਮਹਿਲ ਖੜੇ ਕਰ ਲਏ। ਮਾਲਕ ਕਹਿੰਦੇ ਕਿਚ ਸਾਥ ਨਾ ਜਾਈ, ਕੁਝ ਵੀ ਨਾਲ ਨਹੀਂ ਜਾਣਾ ਜੀ, ਭਾਵੇਂ ਤੁਸੀਂ ਸੋਨੇ ਦਾ ਮਹਿਲ ਬਣਾ ਲਓ। ਤੇ ਦਾਤੇ ਨੇ ਤੇ ਉਦਾਹਰਣ ਵੀ ਦਿੱਤੀ ਹੈ ਨਾ ਸਾਨੂੰ, ਲੰਕਾ ਘੱਟ ਸੋਨੇ ਕਾ ਭਾਇਆ ਮੂਰਖ ਰਾਵਣ ਕਿਆ ਲੈ ਗਿਆ। ਪਰ ਸੋਨੇ ਦੀ ਲੰਕਾ ਵਾਲਾ ਜਾਣ ਲੱਗਿਆ ਉਹ ਵੀ ਲੰਕਾ ਇੱਥੇ ਛੱਡ ਕੇ ਗਿਆ, ਉਹ ਵੀ ਕੁਛ ਨਾਲ ਨਹੀਂ ਲੈ ਕੇ ਗਿਆ। ਸੋਇਨ ਸਾਕਤ ਪੌਣ ਵੇਗ ਤ੍ਰਿਗ ਤ੍ਰਿਗ ਚਤੁਰਾਈ। ਪਾਤਸ਼ਾਹ ਕਹਿੰਦੇ ਨੇ ਸੋਨਾ ਕਾਠੀ ਪਾਈ ਹੋਵੇ ਸੋਨੇ ਦੀ ਘੋੜੇ ਤੇ, ਤੇ ਘੋੜਾ ਵੀ ਐਸਾ ਵੀ ਪਵਨ ਤੋਂ ਵੀ ਤੇਜ਼ ਦੌੜਦਾ ਹੋਵੇ, ਤੇ ਬੰਦਾ ਚਲਾਕ ਵੀ ਬੜਾ ਹੋਵੇ। ਤੇ ਪਾਤਸ਼ਾਹ ਕਹਿੰਦੇ ਤ੍ਰਿਗ ਤ੍ਰਿਗ ਚਤੁਰਾਈ, ਨਾ ਸੋਨਾ ਨਾ ਘੋੜਾ ਤੇ ਨਾ ਹੀ ਸਾਡੀਆਂ ਸਿਆਣਪਾਂ ਮਾਲਕ ਦੇ ਘਰ ਕੰਮ ਆਉਣੀਆਂ ਨੇ, ਨਾ ਉਹਨਾਂ ਨੇ ਨਾਲ ਜਾਣਾ ਨਾ ਸਾਡੀਆਂ ਚਲਾਕੀਆਂ ਨੇ ਜਾਣਾ, ਤੇ ਸਿਆਣਪਾਂ ਲੱਖਾਂ ਹੀ ਤੈਕ ਨਾ ਚੱਲੇ ਨਾਲ। ਅਗਲੀ ਗੱਲ ਮਾਲਕ ਨੇ 36 ਅੰਮ੍ਰਿਤ ਪ੍ਰਕਾਰ ਕਰੇ ਵੋ ਮੈਲ ਵਧਾਈ। 36 ਪ੍ਰਕਾਰ ਦੇ ਵੱਖਰੇ ਵੱਖਰੇ ਸਵਾਦਲੇ ਭੋਜਨ ਬੰਦਾ ਖਾ ਰਿਹਾ, ਤੇ ਉਹ ਭੋਜਨ ਖਾ ਕੇ ਕਰ ਕੀ ਰਿਹਾ, ਸਰੀਰ 'ਚ ਮੈਲ ਵਧਾ ਰਿਹਾ, ਸਰੀਰ ਫੈਲਦਾ ਜਾ ਰਿਹਾ। ਵੇਖ ਲਓ ਜਿੰਨਾ ਹੀ ਫੈਲਦਾ। ਅਖੀਰ ਸਤਿਗੁਰ ਨੇ ਫਰਮਾਨ ਕੀਤਾ, ਨਾਨਕ ਕਿਸੈ ਨਾ ਜਾਣਾਈ, ਉਹਨੂੰ ਜਾਣਦੇ ਹੀ ਨਹੀਂ ਕਿਹਨੂੰ, ਜੋ ਦੇਵੈ ਜਿਹੜਾ ਦੇਣ ਵਾਲਾ ਹੈ, ਕਿਸੈ ਨਾ ਜਾਣਾਈ ਮਨ ਮੁੱਖ ਦੁੱਖ ਪਾਈ। ਮਨ ਦੇ ਪਿੱਛੇ ਲੱਗ ਕੇ ਤੁਰਨ ਵਾਲਾ ਮਨੁੱਖ ਸਾਰਾ ਕੁਝ ਹੁੰਦਿਆਂ ਹੋਇਆ ਵੀ ਦੁਖੀ ਰਹਿੰਦਾ ਹੈ, ਕਿਉਂ, ਕਿਉਂਕਿ ਉਹਨੇ ਦੇਣ ਵਾਲੇ ਦਾਤੇ ਨੂੰ ਵੀ ਸਾਰ ਦਿੱਤਾ, ਤੇ ਜਿਹੜਾ ਦੇਣ ਵਾਲੇ ਦਾਤੇ ਨੂੰ ਯਾਦ ਰੱਖਦਾ ਉਹ ਸੁਖੀ ਰਹਿੰਦਾ। ਐਸੇ ਕਰਕੇ ਸਤਿਗੁਰ ਜੀ ਨੇ ਬਾਣੀ ਦੇ ਅੰਦਰ ਇਹ ਬਚਨ ਕੀਤਾ, ਪਾਤਸ਼ਾਹ ਮੇਰ ਕਰ ਦੇਵਣ ਹਾਰ ਦਾ ਤਾਰ ਮੈਂ ਨਿਤ ਚਿਤਾਰਿਆ, ਇਹ ਮੇਰੇ ਤੇ ਮੇਰ ਕਰਕੇ ਮੈਂ ਤੈਨੂੰ ਚੇਤੇ ਕਰਾਂ, ਤੇਰਾ ਸ਼ੁਕਰ ਕਰਾਂ ਕਿ ਦਾਤਾ ਤੂੰ ਬਹੁਤ ਕੁਝ ਦਿੱਤਾ। ਬਸ ਹੁਣ ਜੇ ਮੇਰੀ ਝੋਲੀ ਭਰਨੀ ਹੈ, ਮਿੱਤਰ ਨਾਹੀ ਦਾਤਾ ਰਿਹਾ ਆਪਣਾ ਨਾਮ ਦੇ ਗੁਣ ਗਾਵਾਂ ਦੇ ਨਰਾਤ ਨਾਨਕ ਛਾਓ ਹੈ, ਮਾਲਕਾ ਮੇਰ ਕਰ ਹੁਣ ਮੇਰੀ ਝੋਲੀ ਨਾਮ ਦੇ ਨਾਲ ਭਰ ਦੇ, ਬਾਕੀ ਬੜਾ ਕੁਝ ਦਿੱਤਾ ਹੋਇਆ। ਜੇ ਮੇਰੀ ਝੋਲੀ ਖਾਲੀ ਹੈ, ਸੱਖਣੀ ਹੈ, ਜੀਵਨ ਮੇਰਾ ਸੱਖਣਾ ਖਾਲੀ ਹੈ ਤੇਰੇ ਨਾਮ ਤੋਂ, ਅੰਮ੍ਰਿਤ ਤੋਂ, ਬਾਣੀ ਤੋਂ, ਸੇਵਾ ਤੋਂ, ਸਿਮਰਨ ਤੋਂ, ਉਪਦੇਸ਼ ਤੋਂ ਸੱਖਣਾ, ਤੋ ਦਾਤਾ ਹਾਂ ਮੂਰਖ ਨੀਚ ਅਜਾਣ ਸਮਝਾ ਸਾਖੀ ਹੈ ਮੇਰੇ ਮਦਦਗਾਰ ਮਿੱਤਰ ਸਤਿਗੁਰੂ, ਮੈਂ ਤੇਰੀ ਸ਼ਰਨ ਆਇਆ, ਮੈਂ ਮੂਰਖ ਹਾਂ, ਮੈਂ ਅਣਜਾਣ ਹਾਂ, ਮੈਂ ਨੀਚ ਹਾਂ, ਮੇਰੇ ਕੰਮ ਸਭ ਤੋਂ ਮਾੜੇ ਨੇ,
ਪਰ ਮਾਲਕ ਮੈਂ ਤੇਰੀ ਸ਼ਰਨ ਆਇਆ, ਤੂੰ ਕਿਰਪਾ ਕਰਕੇ ਮੈਨੂੰ ਸਮਝਾ ਤਾਂ ਕਿ ਮੈਂ ਇਸ ਰਾਹ ਨੂੰ ਛੱਡ ਕੇ ਤੇਰੇ ਦੱਸੇ ਰਾਹ 'ਤੇ ਤੁਰ ਕੇ ਆਪਣਾ ਲੋਕ ਪ੍ਰਲੋਕ ਸੰਭਾਲਣ ਵਾਲਾ ਬਣ ਸਕਾਂ। ਕਿਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਫੁੱਲਾਂ ਮੇਰੀ ਝੋਲੀ ਪਾ ਦੇਣੀਆਂ, ਉਪਦੇਸ਼ ਗੁਰੂ ਕਾ ਜਨ ਫਿਰ ਦੇ ਦੱਸਾਂ। ਅਰਦਾਸ ਕਰਨੀ ਪਾਤਸ਼ਾਹ ਪੁਰਬ ਦੇ ਰਿਸ਼ਮਤ ਬਖਸ਼ਾਂ, ਤਾਂ ਕਿ ਗੁਰਮੁਖਾਂ ਦੀ ਰਾਹ 'ਤੇ ਤੁਰਦੇ ਹੋਏ ਗੁਰੂ ਗ੍ਰੰਥ ਗੁਰੂ ਪੰਥ ਦੀ ਸੇਵਾ ਚੜ੍ਹਦੀ ਕਾਰਨਾ ਕਰ ਸਕੇ। ਬਖਸ਼ੋ ਸੀਸ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਹੈ ਜੀ, 11 ਸੈਕਟਰ ਗੁਰਦੁਆਰੇ ਵਾਲਿਆਂ ਨੇ ਕੰਪਿਊਟਰ ਸੈਂਟਰ ਸ਼ੁਰੂ ਕੀਤਾ ਹੈ। ਕਿਸੇ ਵੀ ਮੇਰੀ ਧੀ ਨੇ, ਪੁੱਤ ਨੇ, ਭੈਣ ਨੇ, ਭਰਾ ਨੇ ਕੰਪਿਊਟਰ ਸਿੱਖਣਾ ਹੋਵੇ ਤਾਂ ਉਹ ਤੁਸੀਂ 11 ਸੈਕਟਰ, ਉਹਨਾਂ ਦੇ ਇਸ਼ਤਿਹਾਰ ਵੀ ਆਏ ਹੋਏ ਨੇ, ਉਹਨਾਂ 'ਤੇ ਫੋਨ ਨੰਬਰ ਵੀ ਦਿੱਤਾ ਹੋਇਆ। ਤਾਂ ਕਿਸੇ ਨੇ ਵੀ ਕੋਈ ਸਕਿੱਲ ਡਿਵੈਲਪਮੈਂਟ ਦੀ ਜਾਣਕਾਰੀ ਲੈਣੀ ਹੋਵੇ ਤਾਂ ਉਹਨਾਂ ਤੋਂ ਲੈ ਸਕਦਾ। ਇਹ ਮੇਰੇ ਖਿਆਲ ਸਭ ਕੁਝ ਹੈ ਵੀ ਫਰੀ ਹੈ, ਤਾਂ ਤੁਸੀਂ ਆਪ ਨੋਟ ਕਰ ਲਓ। ਬਾਕੀ ਜਿਹੜੇ ਬੱਚੇ ਪੜ੍ਹਨ ਵਾਲੇ ਨੇ ਉਹ ਵੀ ਨੋਟ ਕਰ ਲੈਣ, ਅੱਗੇ ਬਾਕੀਆਂ ਨੂੰ ਦੱਸਣ ਦੀ ਵੀ ਕਿਰਪਾਲਤਾ ਕਰੋ ਵੀ ਗੁਰਦੁਆਰਾ ਸਾਹਿਬ ਸੈਕਟਰ 11 ਵਾਲਿਆਂ ਨੇ ਕੰਪਿਊਟਰ ਸੈਂਟਰ ਸ਼ੁਰੂ ਕੀਤਾ ਜੀ, ਜਿਹਦੇ ਵਿੱਚ ਤੁਸੀਂ ਕੰਪਿਊਟਰ ਦੇ ਨਾਲ ਸੰਬੰਧਿਤ ਸਿੱਖਿਆਵਾਂ ਜਾਂ ਕੋਰਸ ਜਿਹੜੇ ਨੇ ਉਹ ਕਰ ਸਕਦੇ ਹੋ। ਤਾਂ ਤੁਸੀਂ ਧਿਆਨ ਰੱਖਣਾ, ਅਤੇ ਜੇ ਕੋਈ ਪੁੱਛੇ, ਕੋਈ ਲੋੜਵੰਦ ਹੋਵੇ ਉਹਨੂੰ ਜ਼ਰੂਰ ਭੇਜੋ ਤਾਂ ਕਿ ਸਾਡੇ ਬੱਚੇ ਕੰਪਿਊਟਰ ਸਿੱਖ ਸਕਣ ਔਰ ਚੰਗੀ ਵਿੱਦਿਆ ਪ੍ਰਾਪਤ ਕਰਕੇ ਆਪਣਾ ਜੀਵਨ ਚੰਗਾ ਬਣਾ ਸਕਣ। ਕਿਤਨੀਆਂ ਬੇਨਤੀਆਂ ਪ੍ਰਵਾਨ ਕਰੇ ਜੀ। ਰਾਮ ਕਲੀ ਮਹਿਲਾ ਤੀਜਾ ਆਨੰਦ ਖੋਵਾਂ।